ਮੈਨੂੰ ਜਲੰਧਰ ਲੈ ਗਿਆ ਸੀ 22 ਦਿਨ ਮੈਂ ਉੱਥੇ ਰਿਹਾ ਤੇ ਉਹ ਉੱਥੋਂ ਆਇਆ ਲਾਹੌਰ ਤੋਂ ਉਹਨਾਂ ਜੱਜ ਨੇ ਵੀ ਪੁੱਛਿਆ ਕਹਿੰਦਾ ਠੀਕ ਮੈਂ ਭਰਾ ਕਹਿੰਦਾ ਸੀ ਮੇਰੀ ਮਾਂ ਨੇ ਪਾਲਿਆ ਇਸ ਨੂੰ ਇਹ ਸਾਡੀ ਮਾਂ ਤਾਂ ਇਹ ਆ ਉਹਦਾ ਬਿਆਨ ਇੰਨਾ ਮੈਂ ਸੁਣਿਆ ਜ਼ਰੂਰ ਆ ਉਹਦਾ ਇੱਕ ਵਾਰੀ ਖਤ ਜ਼ਰੂਰ ਆਇਆ ਸੀਗਾ ਅਸੀਂ ਪੜ੍ਹਾਇਆ ਉਹ ਗਿਆਨ ਚੰਦ ਦਾ ਉਹਦਾ ਨਾਂ ਇੱਥੇ ਗਿਆਨ ਚੰਦ ਸੀ ਰੱਖਿਆ ਤੁਹਾਡਾ ਵੱਡਾ ਭਰਾ ਸੀਗਾ ਹਾਂ ਅੱਛਾ ਜੀ ਤੇ ਕਰਿਆਨੇ ਦੁਕਾਨ ਵੀ ਇੱਥੇ ਹੀ ਕਰਦਾ ਸੀ ਤਾਂ ਉਸ ਤੋਂ ਬਾਅਦ ਉਹ ਜੱਜ ਦੇ ਸਾਹਮਣੇ ਬਿਆਨ ਕਰਕੇ ਤਾਂ ਉਹਨੂੰ ਪਿੱਛੇ ਨੂੰ ਬਹੁਤ ਭੇਜ ਦਿੱਤਾ ਬਸ ਉਹਨੂੰ ਸਾਹ ਦੇ ਜੱਜ ਨੂੰ ਕਹਿੰਦਾ ਸਾਡੀ ਮਾਂ ਇਹ ਆ ਸਾਡਾ ਪੇ ਇਹ ਆ ਇੱਧਰ ਕੁਛ ਬੰਦੇ ਉਹਨਾਂ ਦੇ ਜਿਹਨਾਂ 'ਤੇ ਹਮਲਾ ਹੋਇਆ ਬਾਅਦ ਚੁੱਕ ਵੀ ਹੋਈ ਇਹ ਜਦੋਂ ਇਹਨਾਂ ਮਗਰ ਵੀ ਭੱਜੇ ਸੀਗੇ ਇਹ ਆ ਕੇ ਆ ਸਾਡਾ ਖੂਹੀ ਆ ਇੱਥੇ ਸੀ ਖੂਹੀ ਸੀ ਅੱਛਾ ਅੱਜ ਇੱਥੇ ਬਿਲਡਿੰਗ ਬਣ ਗਈ ਆ ਇੱਥੇ ਆ ਕੇ ਉਹ ਜਨਾਨੀ ਜਿਹੜੇ ਪਿੱਛੜੇ ਬੇਹੋਸ਼ ਨੀ ਪਤਾ ਔਰ ਉਹਦੇ ਮਾਗੇ ਦੇ ਇੱਥੇ ਬਰਸੀ ਦਾ ਨਿਸ਼ਾਨ ਲੱਗਾ ਅੱਛਾ ਜੀ ਮਾਰੇ ਮਾਰਿਆ ਸੀਗਾ ਦੇਖੋ ਉਸ ਬੱਚੇ ਨੇ ਉਹ ਬੱਚਾ ਖੂਹ ਦੇ ਵਿੱਚੋਂ ਛਤਰੀ ਜਿਹੀ ਉੱਥੇ ਸੀ ਪਾਣੀ ਲਿਆ ਕੇ ਆਪਣੀ ਮਾਂ ਦੇ ਮੂੰਹ ਚ ਪਾਉਂਦਾ ਸੀਗੀ ਇਹ ਤਾਂ ਫਿਰ ਉਹਨਾਂ ਦੀ ਛਾਤੀ ਪਏ ਸੀ ਆਪਣੀ ਮਦਰ ਮਾਂ ਦੀ ਛਾਤੀ ਸੀ ਅੱਛਾ ਜੀ ਚੰਦਵਾ ਸਿੱਧੀ ਤੇ ਬੇਹੋਸ਼ ਸੀਗੀ ਉਹ ਮਾਰ ਦਿੱਤੀ ਮਰ ਗਈ ਤੇ ਬਾਕੀ ਵੀ ਹੋਰ ਬਹੁਤ ਸਾਰੀਆਂ ਲਾਸ਼ਾਂ ਸੀਗੀਆਂ ਤੇ ਸਾਰੇ ਮਰੀਆਂ ਜਿਹੜੇ ਸੀਗੇ ਬੰਦੇ ਉਹਨਾਂ ਦੀਆਂ ਲਾਸ਼ਾਂ ਇਕੱਠੀਆਂ ਕੀਤੀਆਂ ਉਹਨਾਂ ਬੰਦਿਆਂ ਨੇ ਕੱਢੀਆਂ ਇਹਨਾਂ ਦੀ ਮਾਤਾ ਜੀ ਵੀ ਉੱਥੇ ਪੂਰੀ ਹੋ ਗਈ ਸੀਗੇ ਮਾਤਾ ਜੀ ਤੁਹਾਨੂੰ ਉਹੀ ਦੱਸਿਆ ਕਿ ਉਹ ਮਾਤਾ ਜੀ ਪੂਰੀ ਨਹੀਂ ਹੋਈ ਲੰਮੀ ਲੱਗਦੀ ਵੀ ਉਹ ਲੰਮੀ ਉੱਥੇ ਪਈ ਸੀ ਉਹਨੂੰ ਅਸਰ ਤਾਂ ਸੁਰਤ ਸੀਗੀ ਉਹ ਬੇਹੋਸ਼ ਆਪਣੇ ਆਪ ਹੀ ਇੰਟੈਂਸ਼ਨ ਨਹੀਂ ਚਾਹੇ ਹੋਈ ਸੀ ਚਾਹੇ ਉਹ ਸਦਮੇ ਨਾਲ ਹੋਈ ਸੀ ਉਹ ਪਈ ਸੀ ਉੱਥੇ ਸਾਰੀਆਂ ਲਾਸ਼ਾਂ ਸਾਡੇ ਬਜ਼ੁਰਗਾਂ ਨੇ ਜਿਹੜੇ ਤਕੜੇ ਸੀ ਮੁੰਡੇ ਸੀ ਉਹਨਾਂ ਨੇ ਸਾਰੀਆਂ ਲਾਸ਼ਾਂ ਕੱਟੀਆਂ ਇੱਥੇ ਕੀ ਹੈ ਲਾਪਾ ਇੱਥੇ ਅੱਛਾ ਪੜਿਆ ਹੁੰਦਾ ਸੀ ਥੋੜ੍ਹਾ ਜਿਹਾ ਉੱਥੇ ਚੰਡ ਸੀਗਾ ਪੁਲਿਸ ਆ ਗਈ ਅੱਛਾ ਜੀ ਪੁਲਿਸ ਆ ਗਈ ਅਤੇ ਪੁਲਿਸ ਦੀ ਨਿਗਰਾਨੀ 'ਚ ਹੋ ਰਿਹਾ ਉਹ ਜੋ ਕੁਛ ਲਾਸ਼ਾਂ ਇਕੱਠੀਆਂ ਕੀਤੀਆਂ ਜਿੰਨੀਆਂ ਵੀ ਆਲੇ ਦੁਆਲੇ ਸਾਰੀਆਂ ਸੀਗੀਆਂ ਕੱਟਤੀਆਂ ਇਹ ਵੀ ਲਾਸ਼ ਚੱਕ ਕੇ ਇਹ ਵੀ ਲੈ ਉਹ ਲਾਸ਼ਾਂ ਲਾਈਆਂ ਚੱਕੀਚੇ ਖਾ ਕੇ ਚੰਗੀ ਜਾ ਅਤੇ ਰਾਤੀ ਲੱਕੜਾਂ ਚੰਗੀਆਂ ਅੱਛੀਆਂ ਵੱਡੀਆਂ ਬਣਾ ਕੇ ਉੱਤੇ ਸਾਰੀਆਂ ਲਾਸ਼ਾਂ ਪਾ ਸਾਰੇ ਅੱਗ ਲਾ ਅੱਛਾ ਜਦੋਂ ਅੱਗ ਲੱਗੀ ਜਿਹਨੂੰ ਵੀ ਰੱਖਿਆ ਸੀ ਵਿੱਚ ਇਹਨਾਂ ਨੇ ਟੀਕਾ ਮਾਰੀਆਂ ਇਹਨਾਂ ਦੀ ਮਾਤਾ ਨੇ ਅੱਛਾ ਜੀ ਚੰਦ ਨੂੰ ਤੁਸੀਂ ਜਾਣਦੇ ਆ ਇਹਨੂੰ ਗਿਆਨ ਨੂੰ ਗਿਆਨ ਨੂੰ ਹਾਂ ਆਹੋ ਗਿਆਨ ਦਾ ਸਾਡਾ ਸੀਗਾ ਹਾਂ ਗਿਆਨ ਸਾਡਾ ਸੀਗਾ ਹਾਂਜੀ ਸਤਿ ਸ਼੍ਰੀ ਅਕਾਲ ਅਸਲਾਮੁਅਲੈਕੁਮ ਨਮਸਕਾਰ ਮੈਂ ਤੁਹਾਡਾ ਆਪਣਾ ਹਰਜੀਤ ਸਿੰਘ ਜੜਿਆਲਾ ਅੱਜ ਇੱਕ ਦਿਲ ਨੂੰ ਛੂਹ ਜਾਣ ਵਾਲੀ ਨਵੀਂ ਕਹਾਣੀ ਲੈ ਕੇ ਤੁਹਾਡੇ ਰੂਬਰੂ ਹਾਜ਼ਰ ਹੋਇਆ ਹਾਂ ਜਿਸ ਤਰ੍ਹਾਂ ਕਿ ਸਾਡੀ ਧਰਤੀ ਦੇਸ਼ ਪੰਜਾਬ ਦੀ ਟੀਮ 1947 ਵੰਡ ਦੇ ਹਵਾਲੇ ਨਾਲ ਪੁਰਾਣੇ ਬਜ਼ੁਰਗਾਂ ਨੂੰ ਮਿਲ ਕੇ 1947 ਦੇ ਹਾਲਾਤ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਇਹ ਵੰਡ ਵਿੱਚ ਲੱਖਾਂ ਪੰਜਾਬੀ ਮਾਰੇ ਗਏ ਕਈਆਂ ਨੂੰ ਆਪਣੇ ਘਰ ਬਾਰ ਛੱਡਣੇ ਪਏ ਲੱਖਾਂ ਹੀ ਬੱਚੀਆਂ ਅਤੇ ਔਰਤਾਂ ਦੀ ਇੱਜ਼ਤ ਆਬਰੂ ਲੁੱਟੀ ਗਈ ਕਈਆਂ ਦੇ ਪਰਿਵਾਰ ਵਿਛੜ ਗਏ ਇਸ ਤਰ੍ਹਾਂ ਦੇ ਮੇਰੇ ਲਾਗੇ ਬੈਠੇ ਬਜ਼ੁਰਗ ਜੋ ਨਜ਼ਰ ਆ ਰਹੇ ਨੇ ਉਜਾੜੇ ਵੇਲੇ ਚੱਲੀ ਕਾਲੀ ਹਨੇਰੀ ਵੇਲੇ ਇਹ ਮਹਿਜ਼ ਕੁਝ ਕੁ ਮਹੀਨਿਆਂ ਦੇ ਬੱਚੇ ਸਨ ਧਾੜਵੀ ਜਥਿਆਂ ਦੇ ਹਮਲੇ ਵਿੱਚ ਇਹਨਾਂ ਦੇ ਪਿੰਡ ਖੜਲ ਕਲਾਂ ਜ਼ਿਲ੍ਹਾ ਜਲੰਧਰ ਵਿੱਚ ਜ਼ਖਮੀ ਹਾਲਤ ਵਿੱਚ ਅਧਮੋਈ ਮਾਂ ਦੀ ਛਾਤੀ 'ਤੇ ਲੇਟੇ ਪਏ ਹੋਏ ਸਨ ਅੱਗੋਂ ਦੀ ਕਹਾਣੀ ਆਓ ਇਹਨਾਂ ਬਜ਼ੁਰਗਾਂ ਕੋਲ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ
ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਨਾਮ ਜੀ ਤੁਹਾਡਾ? ਦਿਲਬਾਗ ਰਾਏ। ਅਤੇ ਪਿਤਾ ਦਾ ਜੀ? ਠਾਕੁਰ ਚੰਦ। ਠੀਕ ਆ। ਅਤੇ ਬਾਬਾ ਜੀ, ਜਿਹੜਾ ਆਹ ਪਿੰਡ ਆ ਨਾ, ਇਹਦੇ ਇੱਕ ਲਾਗੇ ਲਾਗੇ ਪਿੰਡ ਜ਼ਰੂਰ ਦੱਸਿਓ ਦੋ ਚਾਰ ਜਿਹੜੇ ਆ। ਛੋਟੀਆਂ ਖਰਲਾ, ਪਟਿਆਲਾ, ਹਾਂਜੀ, ਚਮਿਆਰੀ, ਕਰੇਸ਼ੀਆਂ, ਭੱਟੀਆਂ। ਅੱਛਾ ਜੀ, ਇਹ ਲਾਗੇ ਲਾਗੇ। ਇਹ ਜਿਹੜਾ ਚਲਾਂਗ, ਹਾਂਜੀ, ਜਿਹੜਾ ਇਹਨੂੰ ਤਹਿਸੀਲ ਕਿਹੜੀ ਲੱਗਦੀ ਹੈ ਪਿੰਡ ਨੂੰ? ਜਲੰਧਰ। ਜ਼ਿਲ੍ਹਾ ਵੀ ਜਲੰਧਰ ਹੀ ਆ ਨਾ ਜੀ? ਹਾਂਜੀ ਹਾਂਜੀ। ਠੀਕ ਆ। ਅਤੇ ਬਾਬਾ ਜੀ, ਕੁਛ ਜਿੱਦਾਂ ਤੁਹਾਡੇ ਬਜ਼ੁਰਗਾਂ ਨੇ ਜਿਹੜੇ ਤੁਹਾਨੂੰ ਜਿਨ੍ਹਾਂ ਨੇ ਪਾਲਿਆ ਹੈ ਨਾ, ਧਰਮ ਦੇ ਪਿਤਾ ਸੀਗੇ, ਅਤੇ ਉਹਨਾਂ ਨੇ ਜੋ ਤੁਹਾਨੂੰ ਦੱਸਿਆ ਜਾਂ ਪਿੰਡ ਵਾਲਿਆਂ ਨੇ ਦੱਸਿਆ, ਕੁਛ ਥੋੜ੍ਹੀ ਜਿਹੀ ਆਪਣੇ ਬਾਰੇ ਜਾਣਕਾਰੀ ਜ਼ਰੂਰ ਦਿਓ। ਇਹਦੇ ਵਿੱਚ ਮੈਂ ਕੀ ਜਾਣਕਾਰੀ ਦੇ ਸਕਦਾ? ਕੁਛ ਨਹੀਂ ਦੇ ਸਕਦਾ ਹੁਣ। ਹਾਂ, ਮੈਨੂੰ ਪਤਾ ਹੀ ਕੱਖ ਨਹੀਂ, ਤਾਂ ਜਾਣਕਾਰੀ ਝੂਠੀ ਦੇਈ ਜਾਵਾਂ। ਨਹੀਂ, ਜਿੱਦਾਂ ਤੁਹਾਡੇ ਬਜ਼ੁਰਗੋ ਬਜ਼ੁਰਗਾਂ ਨੇ ਜਿੱਦਾਂ ਤੁਹਾਨੂੰ ਦੱਸਿਆ ਆ, ਜਿਹੜੇ ਵੀ ਮੈਨੂੰ ਕਿਸੇ ਨੇ ਕੱਖ ਨਹੀਂ ਦੱਸਿਆ ਆ। ਲੋਕ ਜ਼ਰੂਰ ਇੱਥੇ ਕਹਿੰਦੇ ਮੁਸਲਮਾਨਾਂ ਦਾ ਮੁੰਡਾ ਆ, ਸਿੱਧੀ ਜਿਹੜੀ ਗੱਲ ਆ। ਅੱਛਾ, ਮੈਨੂੰ ਤਾਂ ਪਤਾ ਹੀ ਨਹੀਂ, ਕਿਉਂਕਿ ਕਿੱਡੇ ਕਿੱਡੇ ਸੀਗੇ ਜਦੋਂ, ਮਤਲਬ 47 ਦੇ ਵਿੱਚ ਮੈਂ, ਹਾਂਜੀ, ਦੁੱਧ ਚੁੰਘਦਾ ਸੀ ਕਹਿੰਦੇ। ਅੱਛਾ ਜੀ, ਮੈਂ ਕਿਹੜਾ ਅੱਖੀਂ ਦੇਖਿਆ ਕੋਈ ਵੀ? ਬਜ਼ੁਰਗਾਂ ਨੇ ਦੱਸਿਆ ਨਾ? ਬਜ਼ੁਰਗਾਂ ਨੇ ਦੱਸਿਆ, ਪਿੰਡ ਵਾਲਿਆਂ ਨੇ ਦੱਸਿਆ, ਬਜ਼ੁਰਗਾਂ ਨੇ ਤਾਂ ਕੀ ਦੱਸਣਾ ਸੀ, ਉਹਨਾਂ ਨੇ ਤਾਂ ਪੁੱਤ ਬਣਾ ਕੇ ਪਾਲ ਦਿੱਤਾ, ਬੱਕਰੇ ਵਾਂਗੂ ਪਾਲ ਦਿੱਤਾ, ਉਹਨੇ ਨਹੀਂ ਕੋਈ ਕਸਰ ਰੱਖੀ ਆਪਣੀ। ਅੱਛਾ ਜੀ, ਤੁਹਾਡੇ ਬਜ਼ੁਰਗ ਆ ਜਿਹੜੇ, ਜਿਨ੍ਹਾਂ ਨੇ ਪਾਲਿਆ ਜਿਨ੍ਹਾਂ ਨੇ ਨਾ, ਹਾਂਜੀ, ਕੀ ਨਾਮ ਸੀ ਉਹਨਾਂ ਦਾ? ਠਾਕੁਰ ਚੰਦ। ਉਹਨਾਂ ਨੇ ਕਦੀ ਕੋਈ ਗੱਲ ਨਹੀਂ ਕੀਤੀ? ਉਹਨਾਂ ਨੇ ਕੋਈ ਗੱਲ ਹੀ ਨਹੀਂ ਕੀਤੀ, ਉਹਨੇ ਇਹ ਗੱਲ ਹੀ ਨਹੀਂ ਕੀਤੀ ਵੀ ਮੁਸਲਮਾਨਾਂ ਦਾ ਮੁੰਡਾ ਹੈ। ਮਤਲਬ ਆਪਣਾ ਬਣਾ ਕੇ ਪਾਲਿਆ? ਆਪਣਾ ਬਣਾ ਕੇ ਪਾਲਿਆ, ਭਲਵਾਨੀ ਕਰਾਈ, ਕਬੱਡੀ ਓਪਨਾਂ ਖਿਲਾਈਆਂ, ਰੱਜ ਕੇ ਬੜੇ ਰੂਹ ਨਾਲ ਪਾਲਿਆ ਆ ਸੀਗੇ। ਮਤਲਬ ਆਪਣੇ, ਮਤਲਬ ਜਿਹੜੀ ਪਿਛਲਾ ਸੀਗਾ ਤੁਹਾਨੂੰ ਕਦੀ ਨਹੀਂ ਯਾਦ ਆਉਣ ਦਿੱਤਾ? ਪਿਛਲਾ ਤਾਂ ਇੱਕ ਪਾਸੇ ਰਹਿ ਗਿਆ, ਮੈਨੂੰ ਪਤਾ ਹੀ ਨਹੀਂ ਵੀ ਹੈ ਪਿੱਛੇ ਕੌਣ। ਇਹੋ ਹੀ ਸੀ ਸਭ ਕੁਝ, ਤਾਏ ਵੀ ਚਾਚੇ ਵੀ ਸਾਰੇ ਪ੍ਰੇਮ ਕਰਦੇ ਸੀ। ਕੋਈ ਚਾਚੀਆਂ ਤਾਈਆਂ ਦੁੱਧ ਤੋਂ ਨਾਂਹ ਨਹੀਂ ਸੀ ਕਰਦੀਆਂ, ਸਾਡਾ ਮੁੰਡਾ ਘੁਲ ਨਹੀਂ ਜਾਂਦਾ ਆ, ਸਾਡਾ ਮੁੰਡਾ ਓਪਨ ਕਬੱਡੀ ਖੇਡਦਾ ਆ। ਉਹ ਤਾਂ ਆਪ ਮੈਨੂੰ ਕਹਿੰਦੀਆਂ ਹੁੰਦੀਆਂ ਪੀ ਰੱਜ ਰੱਜ ਕੇ ਜਿੰਨਾ ਮਰਜ਼ੀ ਆ। ਅੱਛਾ ਜੀ, ਹਾਂ, ਇੰਨਾ ਪਿਆਰ ਕਰਦੇ ਸੀ ਨਾ? ਪਿਆਰ ਜਾਂ ਪਿਆਰ, ਵਿਆਹ ਨਹੀਂ ਉਹਨੀ, ਬਿਲਕੁਲ ਸਭ ਕੁਛ ਕੀਤਾ, ਮਕਾਨ ਦਿੱਤੇ, ਸਭ ਕੁਛ ਬਣਾ ਕੇ ਦਿੱਤਾ ਉਹਨੀ, ਮੈਂ ਕਿੱਦਾਂ ਕਹਾਂ? ਬਿਲਕੁਲ ਬਿਲਕੁਲ, ਮੇਰਾ ਮਾਂ ਪਿਓ ਤਾਂ ਉਹ ਅਸਲੀ ਅਸਲੀ ਜਿਹਨਾਂ ਨੇ ਪਾਲਿਆ। ਬਸ, ਬਜ਼ੁਰਗ ਕਦੇ ਪੁਰਾਣੇ ਜਿਹੜੇ ਤੁਹਾਡੇ ਸੀਗੇ ਹੈ ਨਾ, ਭੈਣ ਭਰਾ, ਕਦੀ ਉਹਨਾਂ ਦੀ ਯਾਦ ਆਈ ਹੈ? ਬਿਲਕੁਲ, ਸਵਾਲ ਹੀ ਨਹੀਂ ਪੈਦਾ ਹੁੰਦਾ ਨਾ ਭਰਾ ਦੀ ਆਈ ਨਾ ਭੈਣਾਂ ਦੀ ਆਈ ਆ। ਜਦ ਇੱਥੇ ਭੈਣ ਭਰਾ ਕੋਲ ਖੜਿਆ ਤਾਂ ਉਹਨਾਂ ਦੀ ਯਾਦ ਕਿੱਥੋਂ ਆ ਜਾਣੀ ਸੀ ਮੈਨੂੰ? ਜਦ ਵਿਆਹਾਂ 'ਤੇ, ਸ਼ਾਦੀਆਂ 'ਤੇ, ਹਰ ਕੰਮ 'ਤੇ, ਮਾਰਗਾਂ 'ਤੇ ਹਾਰੇ ਹੁਣ ਵੀ ਸਕਿਆਂ ਦੇ ਬੈਠੇ ਹਾਂ, ਮੁੰਡਾ ਕੱਲ੍ਹ ਪੂਰਾ ਹੋ ਗਿਆ, ਉਹਨਾਂ ਦਾ ਤਾਂ ਨਾਂ ਥੇ ਦਾ ਹੀ ਨਹੀਂ ਪਤਾ ਵੀ ਕਿੱਥੇ ਹੈ ਕੀ ਨਹੀਂ। ਕਦੀ ਉਹ ਜਿਹੜੇ ਇੱਥੋਂ ਉੱਠ ਕੇ ਗਏ ਸੀਗੇ ਨਾ, ਜਿਹੜੇ ਤੁਹਾਡੇ ਵਿਚਲੇ ਸੀ ਪਰਿਵਾਰ ਦੇ ਸੀ ਮੈਂਬਰ, ਕਦੀ ਉਹ ਪੁਰਾਣੇ ਮੁੜ ਕੇ ਆ ਗਏ, ਉਹਨਾਂ ਨੇ ਪੁੱਛਿਆ ਵੀ ਉਹ ਕਦੀ ਆ ਕੇ ਵੀ ਸਾਡਾ ਬੱਚਾ ਇੱਥੇ ਰਹਿ ਗਿਆ? ਕਿਸੇ ਨੇ ਕੋਈ ਗੱਲਬਾਤ ਨਹੀਂ ਕੀਤੀ। ਹਾਂ, ਇੱਕ ਵਾਰੀ ਕਿਹਾ ਕੋਈ ਮੁਕਬਲੀ ਕਿਸੇ ਨੇ ਕੀਤੀ ਹੋਊਗੀ, ਅਤੇ ਮੈਨੂੰ ਜਲੰਧਰ ਲੈ ਗਿਆ ਸੀ, 22 ਦਿਨ ਮੈਂ ਉੱਥੇ ਰਿਹਾ, ਅਤੇ ਉਹ ਉੱਥੋਂ ਆਇਆ ਲਾਹੌਰ ਤੋਂ। ਅੱਛਾ, ਉਹਨਾਂ ਜੱਜ ਨੇ ਵੀ ਪੁੱਛਿਆ, ਕਹਿੰਦਾ ਠੀਕ, ਮੈਂ ਭਰਾ ਕਹਿੰਦਾ ਸੀ ਮੇਰੀ ਮਾਂ ਨੇ ਪਾਲਿਆ ਇਸ ਨੇ, ਇਹ ਸਾਡੀ ਮਾਂ ਤਾਂ ਇਹ ਆ। ਅੱਛਾ, ਉਹਦਾ ਬਿਆਨ ਇੰਨਾ ਮੈਂ ਸੁਣਿਆ ਜ਼ਰੂਰ ਆ। ਅੱਛਾ ਜੀ, ਮੈਂ ਥੋੜ੍ਹੀ ਜਿਹੀ ਸੁਰਤ ਮਿਲ ਸਕਾ ਉਹਦੇ। ਅੱਛਾ ਜੀ, ਬਸ ਵੀ ਮਾਂ ਤਾਂ ਅਸਲੀ ਇਹ ਆ ਨਾ ਜਿਹਨੇ ਪਾਲਿਆ। ਹਾਂ, ਚਲੋ ਕੋਈ ਨਹੀਂ ਬਜ਼ੁਰਗ, ਹੁਣ ਮਤਲਬ ਦੇਖ ਲਓ 73-74 ਸਾਲ ਹੋ ਚੱਲੇ, 19 ਕੁ ਉਮਰ ਆ ਤਕਰੀਬਨ, ਹੈ ਨਾ? ਹਾਂਜੀ, ਵੀ ਜਿੱਦਾਂ ਬਜ਼ੁਰਗਾਂ ਤੋਂ ਅਸੀਂ ਪੁੱਛਿਆ ਸੀ, ਉਹ ਦੱਸਦੇ ਵੀ ਦੁੱਧ ਚੁੰਘਦੇ ਸੀ ਉਸ ਟਾਈਮ 'ਤੇ ਜਦੋਂ। ਮੈਂ ਤਾਂ ਤੁਹਾਨੂੰ ਖੁਦ ਦੱਸੀ ਜਾਂਦਾ ਕਿ ਮੈਨੂੰ ਤਾਂ ਪਤਾ ਹੀ ਕੱਖ ਨਹੀਂ ਗਾ। ਹਾਂ, ਚਲੋ, ਤਾਂ ਬਜ਼ੁਰਗੋ, ਜੇ ਤੁਹਾਡਾ ਦਿਲ ਕਰਦਾ ਇਸ ਵੇਲੇ ਵੀ ਜਿਹੜੇ ਤੁਹਾਡੇ ਉੱਥੇ ਭੈਣ ਭਰਾ ਜੇ ਹੋਣ ਤਾਂ ਵੀ ਹੋਣ, ਤਾਂ ਤੁਸੀਂ ਕਰ ਸਕਦੇ ਆ, ਅਤੇ ਇੱਕ ਵਾਰੀ ਖਤ ਜ਼ਰੂਰ ਆਇਆ ਸੀਗਾ, ਅਸੀਂ ਪੜ੍ਹਾਇਆ। ਉਹ ਗਿਆਨ ਚੰਦ ਆ, ਉਹਦਾ ਨਾਂ ਇੱਥੇ ਗਿਆਨ ਚੰਦ ਸੀ ਰੱਖਿਆ, ਜਿਹੜਾ ਤੁਹਾਡਾ ਵੱਡਾ ਭਰਾ ਸੀਗਾ। ਹਾਂ, ਅੱਛਾ ਜੀ, ਅਤੇ ਕਰਿਆਨੇ ਦੀ ਦੁਕਾਨ ਵੀ ਇੱਥੇ ਹੀ ਕਰਦਾ ਸੀ। ਤਾਂ ਉਸ ਤੋਂ ਬਾਅਦ ਉਹ ਜੱਜ ਦੇ ਸਾਹਮਣੇ ਬਿਆਨ ਕਰਕੇ ਤਾਂ ਉਹਨੂੰ ਪਿੱਛੇ ਨੂੰ ਵਾਪਸ ਭੇਜ ਦਿੱਤਾ। ਬਸ, ਉਹਨੇ ਸਾਫ਼ ਹੀ ਜੱਜ ਨੂੰ ਕਹਿੰਦਾ ਸਾਡੀ ਮਾਂ ਇਹ ਆ, ਸਾਡਾ ਪੇ ਇਹ ਆ, ਜ਼ਬਰਦਸਤੀ ਨਾ ਕਰੋ ਕੋਈ ਵੀ। ਅੱਛਾ ਜੀ, ਅਸੀਂ ਕੋਸ਼ਿਸ਼ ਕਰੀਏ ਵੀ ਤੁਹਾਡੇ ਭੈਣ ਭਰਾ ਜੇ ਉਹ ਜਿਉਂਦੇ ਹੁਣ ਤੁਹਾਨੂੰ ਮਿਲਾ ਦਈਏ। ਮਿਲਾਓ ਜੀ, ਸਾਧ ਕੇ ਸੇਵਾ ਕਰਾਂਗੇ, ਮੁਸ਼ਕਲ ਦੀ ਗੱਲ ਨਹੀਂ ਐਡੀ, ਕਿਹੜਾ ਰੱਬ ਨੇ ਦਿੱਤਾ ਇਹਨੇ ਕੁਛ? ਬਿਲਕੁਲ, ਤੁਸੀਂ ਆਏ ਤਾਂ ਤੁਹਾਡੀ ਸੇਵਾ ਨਹੀਂ ਕਰਨੀ, ਜੇ ਉਹ ਐਡੀ ਤੋਂ ਚੱਲ ਕੇ ਆਉਣਗੇ ਤਾਂ ਉਹਨਾਂ ਦੀ ਨਹੀਂ ਕਰਨੀ ਫਿਰ, ਕਿਉਂਕਿ ਹੈ ਤਾਂ ਖੂਨ ਦਾ ਰਿਸ਼ਤਾ ਹੈਗਾ ਹੀ ਆ। ਖੂਨ ਦਾ ਤਾਂ ਹੁਣ ਉਹ ਟੁੱਟ ਚੁੱਕਿਆ ਜਿਹੜਾ ਤੁਸੀਂ ਕਹੀ ਜਾਂਦੇ ਆ, ਉਹ ਤਾਂ ਗੁਆ ਕੇ ਬਹਿ ਜਾਓ। ਮੇਰੇ ਭੈਣ ਭਰਾ ਜਾਂ ਮੇਰਾ ਪੁੱਤ ਤਾਂ ਆਹ ਖੜੇ ਆ, ਬਿਲਕੁਲ, ਜਿਹੜੇ ਮੈਨੂੰ ਹਰ ਥਾਂ ਮੋਹਰੇ ਰੱਖਦੇ ਆ, ਹਰ ਜਗ੍ਹਾ ਦੇ ਉੱਪਰ। ਬਿਲਕੁਲ ਬਿਲਕੁਲ, ਫਿਰ ਉਹ ਤਾਂ 73 ਸਾਲਾਂ ਬਾਅਦ ਉਦਾਂ ਹੀ ਖਤਮ ਹੀ ਹੋ ਗਿਆ, ਖੂਨ ਦਾ ਰਿਸ਼ਤਾ ਹੀ ਖਤਮ ਹੋ ਗਿਆ ਤਾਂ। ਚਲੋ ਕੋਈ ਨੀ ਬਜ਼ੁਰਗੋ, ਸ਼ਾਇਦ ਭਰਾ ਜਾਂ ਭਰਾ ਦੇ ਬੱਚੇ। ਓਹੋ ਸਰਦਾਰ ਜੀ, ਪਹਿਲੀ ਗੱਲ ਤਾਂ ਮੈਂ ਤੁਹਾਨੂੰ ਗੁਰਦੁਆਰੇ ਬੈਠਾ ਕੇ ਲੱਭਣੇ ਨੇਗੇ, ਕਿਉਂਕਿ ਐਡਰੈਸ ਕੋਈ ਨੀਗਾ,
ਨਾ ਕੋਈ ਨਹੀਂ ਉੱਥੇ ਦੇ ਨਾਂ ਦਾ ਕੀ ਪਤਾ ਕੀ ਆ ਇੱਥੇ ਗਿਆਨ ਚੰਦ ਕਹਿੰਦੇ ਸੀ ਬਿਲਕੁਲ ਜਿਹੜੀ ਮੇਨ ਚੀਜ਼ ਆ ਆ ਪਿੰਡ ਦੇ ਲੋਕ ਕੰਡਾ ਕਰਦੇ ਕੁਰਦੇ ਹੁੰਦੇ ਸੀ ਬਾਕੀ ਸਾਨੂੰ ਕਿੱਥੋਂ ਪਤਾ ਆ ਉਹ ਵੀ ਮੇਰੇ ਤੋਂ ਚੋਰੀ ਕਰਦੇ ਸੀ ਡਰਦੇ ਹੀ ਇਹਨੂੰ ਲੱਗਦੇ ਪਾ ਗਲ ਪੈ ਜਾਣਾ ਸਾਡੇ ਉੱਠ ਕੇ ਤਾਂ ਮੈਂ ਪੈਂਦਾ ਵੀ ਸੀ ਤੂੰ ਕੌਣ ਹੁੰਦਾ ਉਹ ਕਹਿਣ ਵਾਲਾ ਠੀਕ ਆ ਮੇਰਾ ਮਾਂ ਪਿਓ ਮੌਜੂਦ ਬੈਠਾ ਆ ਠੀਕ ਬਿਲਕੁਲ ਤਾਏ ਚਾਚੇ ਮੌਜੂਦ ਬੈਠੇ ਆ ਠੀਕ ਤੇ ਚਲੋ ਕੋਈ ਨਹੀਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਾਡੀ ਟੀਮ ਧਰਤੀ ਦੇ ਪੰਜਾਬ ਦੀ ਬਜ਼ੁਰਗਾਂ ਦੇ ਕੋਸ਼ਿਸ਼ ਕਰ ਲਓ ਜਿੰਨੀ ਮਰਜ਼ੀ ਆ ਦੇਖ ਲਓ ਲੇਕਿਨ ਮੈਨੂੰ ਉਮੀਦ ਨਹੀਂ ਉਮੀਦ ਤੁਹਾਨੂੰ ਉਮੀਦ ਨਹੀਂ ਹੈ ਨਾ ਪਰ ਸਾਨੂੰ ਪੂਰੀ ਉਮੀਦ ਆ ਕੇ ਇੱਥੇ ਜਿੰਨੇ ਹਾਲੇ ਹਾਣੀ ਸੀਗੇ ਉਹ ਸਾਰੇ ਦਾ ਪੂਰੇ ਹੋ ਚੁੱਕੇ ਵਿਚਾਰੇ ਬਿਲਕੁਲ ਜਿੱਦਾਂ ਅਸੀਂ ਪਹਿਲਾਂ ਮਿਲਾਏ ਆ ਪਰਿਵਾਰ ਦੋ ਤਿੰਨ ਪਰਿਵਾਰ ਅਸੀਂ ਮਿਲਾਏ ਜਿਹੜੇ 73 ਸਾਲਾਂ ਬਾਅਦ ਉਹ ਜਿਹੜੀ ਭੈਣਾਂ ਮਿਲਾਈਆਂ ਬਘਿਆੜੀ ਤੋਂ ਜਿਹੜੀ ਵਿਛੜ ਗਈ ਸੀਗੀ ਉਹ ਮਿਲਾਏ ਆ ਹੋਰ ਦੋ ਤਿੰਨ ਪਰਿਵਾਰ ਮਿਲਾਏ ਤੁਸੀਂ ਹੌਸਲਾ ਰੱਖੋ ਤੇ ਹੌਸਲਾ ਤਾਂ ਮੇਰਾ ਬਹੁਤ ਵੱਡਾ ਆ ਹੌਸਲੇ ਦੀ ਗੱਲ ਜਾਣ ਦੋ ਠੀਕ ਆ ਹਾਂ ਤੇ ਚਲੋ ਠੀਕ ਆ ਜੀ ਤੇ ਜਿਹੜੇ ਹੁਣ ਇੱਥੋਂ ਉੱਠ ਕੇ ਗਏ ਨਾ ਖਰਲ ਕਲਾਂ ਜਾਂ ਖਰਲ ਖੁਰਦ ਤੋਂ ਜ਼ਿਲ੍ਹਾ ਜਲੰਧਰ ਲਾਗੇ ਲਾਗੇ ਜਿਹੜੇ ਪਿੰਡ ਹੈਗੇ ਆ ਇਹਦੇ ਖਰਲ ਖੁਰਦ ਹੈਗਾ ਹੁਸ਼ਿਆਰਪੁਰ ਚ ਅੱਛਾ ਜੀ ਠੀਕ ਆ ਇਹ ਜਲੰਧਰ ਜਿਹੜਾ ਖਰਲ ਬਾਕੀ ਪਿੰਡ ਜਿਹੜਾ ਚਲਾਂਗ ਹੋਇਆ ਕਰੇਸ਼ੀਆਂ ਹੋਇਆ ਚਮਿਆਰੀ ਖਰਲਾਂ ਪੱਟੀਆਂ ਇਹ ਪਿੰਡ ਜਲੰਧਰ ਚ ਆ ਉਹ ਹੈਗਾ ਹੁਸ਼ਿਆਰਪੁਰ ਚ ਪਿੰਡ ਪੈਂਦਾ ਨਾਲ ਹੀ ਪਰਲੇ ਪਾਸੇ ਬਿਲਕੁਲ ਬਿਲਕੁਲ ਤੇ ਜਿੱਦਾਂ ਬਜ਼ੁਰਗਾਂ ਤੋਂ ਮੈਂ ਪੁੱਛਿਆ ਵੀ ਸੀਗਾ ਨਾ ਪਹਿਲਾਂ ਕਿਉਂਕਿ ਘੁੰਮ ਕੇ ਕਾਫੀ ਉਹ ਛਾਣਬੀਣ ਕੀਤੀ ਸੀਗੀ ਤਾਂ ਉਹਦੇ ਵਿੱਚ ਦੱਸਦੇ ਵੀ ਜਿਹੜਾ ਤੁਹਾਡਾ ਪਰਿਵਾਰ ਸੀਗਾ ਉਹ ਖਰਲ ਖੁਰਦ ਤੋਂ ਉੱਠ ਕੇ ਇੱਧਰ ਨੂੰ ਆ ਰਿਹਾ ਸੀਗਾ ਜਦੋਂ ਤਾਂ ਦੇਖੋ ਜੀ ਦੱਸਣ ਵਾਲਿਆਂ ਨੇ ਦੱਸਿਆ ਹੋਊਗਾ ਲੇਕਿਨ ਮੈਨੂੰ ਨਹੀਂ ਪਤਾ ਹਾਂ ਠੀਕ ਤੇ ਚਲੋ ਠੀਕ ਆ ਜੀ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਬਜ਼ੁਰਗਾਂ ਨੂੰ ਉਹਨਾਂ ਦੇ ਜਿਹੜੇ ਵਿਛੜੇ ਹੋਏ ਭੈਣ ਭਰਾ ਆ ਨਾ ਉਹ ਉਹਨਾਂ ਨੂੰ ਮਿਲਾ ਸਕੀਏ ਤੇ ਇਹ ਜਿਹੜਾ ਪਿੰਡ ਆ ਖਰਲ ਕਲਾਂ ਇਹਦੇ ਲਾਗੇ ਜਿਹੜੇ ਆ ਖਰਲ ਖੁਰਦ ਘੋੜਾਵਾਹੀ ਆ ਤੇ ਲਾਗੇ ਚੜਾਂਗ ਹੈਗੇ ਆ ਨਾ ਹਾਂਜੀ ਲਾਗੇ ਲਾਗੇ ਜਿਹੜੇ ਪਿੰਡ ਹੈਗੇ ਆ ਤੇ ਜੇ ਕੋਈ ਇੱਥੋਂ ਉੱਠ ਕੇ ਵਿਛਿੰਦਾ ਗਿਆ ਕੋਈ ਇਹਨਾਂ ਦੇ ਪਰਿਵਾਰ ਜਿਹੜੇ ਇੱਥੋਂ ਉੱਠ ਕੇ ਗਏ ਆ ਰਾਬਤਾ ਹੋਵੇ ਤੇ ਜਿਹਨਾਂ ਦੇ ਬੱਚਾ ਦੋ ਬੱਚੇ ਉੱਥੇ ਰਹਿ ਗਏ ਸੀਗੇ ਮੁੰਡੇ ਹੈ ਨਾ ਤਾਂ ਜ਼ਰੂਰ ਸਾਡੇ ਨਾਲ ਸਾਡੇ ਅਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਸਾਨੂੰ ਦੱਸਿਓ ਅਤੇ ਅਸੀਂ ਕੋਸ਼ਿਸ਼ ਕਰਨੀ ਆ ਵੀ ਜਿਹੜੇ ਇੱਕ ਵਿਛੜੇ ਆ 73 ਸਾਲ ਤੋਂ ਭਰਾ ਉਹ ਜ਼ਰੂਰ ਅਸੀਂ ਮਿਲਾਉਂਦੇ ਹਾਂ ਅਤੇ ਨਾਲ ਹੀ ਗੱਲ ਕਰਦੇ ਹਾਂ ਜਿਹੜੇ ਪਿੰਡ ਦੇ ਪੁਰਾਣੇ ਬਜ਼ੁਰਗ ਨੇ ਉਹਨਾਂ ਨਾਲ ਵੀ ਤੁਹਾਡੇ ਨਾਲ ਗੱਲ ਕਰਾਵਾਂਗੇ ਜੀ ਹਾਂਜੀ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਕੀ ਨਾਂ ਤੁਹਾਡਾ ਰੂਪਚੰਦ ਠੀਕ ਆ ਉਮਰ ਕਿੰਨੀ ਹੈ ਤੁਹਾਡੀ ਮੈਂ ਉਮਰ ਹੈਗਾ 90 ਸਾਲ 90 ਸਾਲ ਹੋ ਗਏ ਨਾ ਤੇ ਜਦੋਂ ਵੰਡ ਹੋਈ ਮੰਨ ਲਓ 15-16 ਸਾਲਾਂ ਦੇ ਸੀਗੇ ਬਿਲਕੁਲ ਠੀਕ ਆ ਤੇ ਇਹ ਜਿਹੜੇ ਬਜ਼ੁਰਗ ਹੈਗੇ ਨਾ ਜਦੋਂ ਇੱਥੇ ਰਹੇ ਇਹਨਾਂ ਬਾਰੇ ਕੀ ਪਤਾ ਹੈਗਾ ਤੁਹਾਨੂੰ ਜ਼ਰੂਰ ਦੱਸਿਓ ਇਹਨਾਂ ਨੇ ਐਕਸਪਲੇਨ ਤਾਂ ਕਰ ਹੀ ਦਿੱਤਾ ਤੁਹਾਨੂੰ ਮੈਸੇਜ ਹਾਂਜੀ ਦੱਸਿਆ ਹੈ ਤਾਂ ਹੋਈ ਸੀ ਇਸ ਤਰ੍ਹਾਂ ਜਦੋਂ ਹਮਲਾ ਸਿੱਖਾਂ ਉੱਤੋਂ ਬੂਹੇ ਪਿੰਡ 'ਚ ਹੋਇਆ ਖਰਲ ਖੁਰਦ ਤੋਂ ਹਾਂਜੀ ਉੱਥੋਂ ਜਿੰਨੇ ਮੁਸਲਮਾਨ ਸੀ ਉਹ ਸਾਰੇ ਭੱਜ ਕੇ ਇਸ ਪਿੰਡ ਆ ਗਏ ਕਿਉਂਕਿ ਇੱਥੇ ਮੁਸਲਮਾਨ ਹੀ ਸੀਗੇ ਉਹਨਾਂ ਨਾਲ ਆਪਸ ਵਿੱਚ ਹੀ ਰਿਸ਼ਤੇਦਾਰੀਆਂ ਤਿਆਰਾਂ ਸੀ ਠੀਕ ਆ ਉਹ ਇੱਥੇ ਆ ਕੇ ਠਹਿਰ ਗਏ ਕੋਈ ਪਿੰਡ ਕੋਈ ਘਰਾਂ 'ਚ ਸਾਡੇ ਵੀ ਘਰਾਂ 'ਚ ਆ ਕੇ ਲੁੱਕ ਗਏ ਉਹ ਲੁਕੇ ਹੈਗੇ ਨੇ ਇੱਦਾਂ ਹੀ ਆ ਫਿਰ ਉਹਨਾਂ ਨੇ ਜਿਹੜੇ ਜਿਹੜੇ ਕੁਝ ਉਹਨਾਂ ਦੇ ਹੱਥ ਆ ਗਏ ਉਹਨਾਂ ਨੂੰ ਮਾਰ ਮੂਰ ਕੇ ਛੱਡ ਦਿੱਤਾ ਇੱਦਾਂ ਦਾ ਜਦੋਂ ਫਿਰ ਉਹ ਸਾਰੇ ਭੱਜੇ ਆਏ ਆ ਇੱਧਰ ਕੁਛ ਬੰਦੇ ਉਹਨਾਂ ਦੇ ਇੱਥੇ ਜਿਹਨਾਂ 'ਤੇ ਹਮਲਾ ਹੋਇਆ ਵੱਢ ਟੁੱਕ ਵੀ ਹੋਈ ਆਪਣੇ ਠੀਕ ਪਏ ਇਹ ਜਦੋਂ ਇਹਨਾਂ ਮਗਰ ਵੀ ਭੱਜੇ ਸੀਗੇ ਇਹ ਆ ਕੇ ਆ ਸਾਡਾ ਖੂਹੀ ਆ ਇੱਥੇ ਸ਼੍ਰੀ ਖੂਹੀ ਸੀ ਅੱਛਾ ਅੱਜ ਇੱਥੇ ਬਿਲਡਿੰਗ ਬਣਦੀ ਆ ਇੱਥੇ ਆ ਕੇ ਉਹ ਜਨਾਨੀ ਜਿਹੜੇ ਕੁਛੜ ਉਹ ਆਪਣੇ ਇਹ ਸੀ ਹਾਂਜੀ ਇਹ ਮਾਤਾ ਇਹਨਾਂ ਦੀ ਹਾਂ ਅਤੇ ਗਿਆਨ ਸਾਡਾ ਨਾ ਵੱਡਾ ਬੜਾ ਆ ਗਿਆ ਗਿਆਨ ਉਹ ਕੁਛ ਤਕੜਾ ਸੀਗਾ ਅੱਛਾ ਉਹਨੂੰ ਸੁਰਤ ਸੀ ਉਹਦੇ ਉਹ ਲੇਟੀ ਆ ਕਿਉਂਕਿ ਮੈਂ ਅਸੀਂ ਆਪਣੇ ਅੱਖੀਂ ਦੇਖੀ ਗੱਲ ਕਰਦੇ ਅੱਛਾ ਜੀ ਹਾਂਜੀ ਉਹ ਲੇਟੀ ਸੀਗੇ ਇੱਦਾਂ ਪਈ ਲੰਮੀਆਂ ਬੇਹੋਸ਼ ਉਹਨੂੰ ਨਹੀਂ ਪਤਾ ਔਰ ਉਹਦੇ ਇਹਦੇ ਇਹਦੇ ਬਾਗੇ ਦੇ ਇੱਥੇ ਬਰਛੀ ਦਾ ਨਿਸ਼ਾਨ ਲੱਗਾ ਅੱਛਾ ਜੀ ਉਹਨੇ ਮਾਰਿਆ ਸੀਗਾ ਮਾਰਦੇ ਇਹਦਾ ਵੀ ਲੱਗਿਆ ਉਹ ਬੱਚੇ ਦੇ ਇੱਥੇ ਲੱਗੀ ਸੀ ਉਹਦੇ ਇੱਥੇ ਜ਼ਖਮ ਜਿਹੜਾ ਦੂਜਾ ਵੱਡਾ ਮੁੰਡਾ ਸੀਗਾ ਅੱਛਾ ਜੀ ਦੇਖੋ ਉਸ ਬੱਚੇ ਨੇ ਉਹ ਬੱਚਾ ਖੂਹ ਦੇ ਵਿੱਚੋਂ ਛਤਰੀ ਜਿਹੀ ਪਾਣੀ ਉੱਥੇ ਸੀ ਪਾਣੀ ਲਿਆ ਕੇ ਆਪਣੀ ਮਾਂ ਦੇ ਮੂੰਹ 'ਤੇ ਪਾਉਂਦਾ ਗਿਆ ਵਾਹ ਜੀ ਵਾਹ ਅੱਛਾ ਜੀ ਅੱਛਾ ਉਹ ਸਾਈ ਸੀਗੀ ਇਹ ਤਾਂ ਫਿਰ ਉਹਨਾਂ ਦੀ ਛਾਤੀ 'ਤੇ ਪਏ ਸੀ ਇੱਦਾਂ ਆਪਣੀ ਮਦਰ ਮਾਂ ਦੀ ਛਾਤੀ 'ਤੇ ਸੀਗੀ ਅੱਛਾ ਜੀ ਚਲੋ ਅਸੀਂ ਦੇਖੀ ਅਤੇ ਬੇਹੋਸ਼ ਸੀਗੀ ਉਹ ਅਸੀਂ ਤਾਂ ਕਿਹਾ ਵੀ ਮਾਰ ਦਿੱਤੀ ਹੈ ਮਰ ਗਈ ਅਤੇ ਬਾਕੀ ਵੀ ਹੋਰ ਬਹੁਤ ਸਾਰੀਆਂ ਲਾਸ਼ਾਂ ਸੀਗੀਆਂ ਕਿ ਸਾਰੇ ਮਰੀਆਂ ਜੇ ਸੀਗੇ ਬੰਦੇ ਉਹਨਾਂ ਦੀਆਂ ਲਾਸ਼ਾਂ ਇਕੱਠੀਆਂ ਕੀਤੀਆਂ ਉਹਨਾਂ ਬੰਦਿਆਂ ਨੇ ਮਾਤਾ ਜੀ ਵੀ ਉੱਥੇ ਪੂਰੀ ਹੋ ਗਈ ਸੀਗੇ ਮਾਤਾ ਜੀ ਤੁਹਾਨੂੰ ਉਹੀ ਦੱਸ ਰਿਹਾ ਕਿ ਉਹ ਮਾਤਾ ਜੀ ਪੂਰੀ ਨਹੀਂ ਹੋਈ ਲੰਮੀ ਲੱਗਦੀ ਵੀ ਉਹ ਲੰਮੀ ਉੱਥੇ ਪਈ ਸੀ ਉਹਨੂੰ ਅਸਰ ਤਾਂ ਸੁੱਟ ਸੀਗੀ ਉਹ ਬੇਹੋਸ਼ ਆਪਣੇ ਆਪ ਹੀ ਇੰਟੈਂਸ਼ਨ ਨਹੀਂ ਚਾਹੇ ਹੋਈ ਸੀ ਚਾਹੇ ਉਹ ਸਦਮੇ ਨਾਲ ਹੋਈ ਸੀ ਹੈ ਕਿ ਨਹੀਂ ਉਹ ਪਈ ਨਹੀਂ ਸੀ ਉੱਥੇ ਸਾਰੀਆਂ ਲਾਸ਼ਾਂ ਸਾਡੇ ਬਜ਼ੁਰਗਾਂ ਨੇ
ਜਿਹੜੇ ਤਕਰੇ ਸੀ ਮੁੰਡੇ ਸੀ ਉਹਨਾਂ ਨੇ ਸਾਰੀਆਂ ਲਾਸ਼ਾਂ ਕੱਢੀਆਂ ਇੱਥੇ ਢੇਰ ਲਾ ਤਾ ਇੱਥੇ ਇੱਕ ਛੱਪੜ ਜਿਹਾ ਹੁੰਦਾ ਸੀ ਥੋੜ੍ਹਾ ਜਿਹਾ ਉੱਥੇ ਚੰਡ ਦਿੱਤੀਆਂ ਪੁਲਿਸ ਆ ਗਈ ਅੱਛਾ ਜੀ ਪੁਲਿਸ ਆ ਗਈ ਅਤੇ ਪੁਲਿਸ ਦੀ ਨਿਗਰਾਨੀ 'ਚ ਹੋ ਰਿਹਾ ਹੁਣ ਜੋ ਕੁਛ ਲਾਸ਼ਾਂ ਇਕੱਠੀਆਂ ਕੀਤੀਆਂ ਜਿੰਨੀਆਂ ਵੀ ਆਲੇ ਦੁਆਲੇ ਸਾਰੀਆਂ ਸੀਗੀਆਂ ਕੱਟਤੀਆਂ ਇਹ ਵੀ ਲਾਸ਼ ਚੱਕ ਕੇ ਇਹ ਵੀ ਲੈ ਗਏ ਉਹ ਲਾਸ਼ਾਂ ਲਾਈਆਂ ਇੱਕ ਚੱਕੀ ਚਿਖਾ ਜੇ ਚੰਗੀ ਜਗ੍ਹਾ ਉੱਥੇ ਰਾਤੀ ਲੱਕੜਾਂ ਚੰਗੀਆਂ ਕੱਟਤੀਆਂ ਵੱਡੀਆਂ ਬਣਾ ਕੇ ਉੱਤੇ ਸਾਰੀਆਂ ਲਾਸ਼ਾਂ ਪਾ ਦਿੱਤੀਆਂ ਸਾਰੇ ਅੱਗ ਲਾ ਦਿੱਤੀ ਅੱਛਾ ਜਦੋਂ ਅੱਗ ਲੱਗੀ ਇਹਨੂੰ ਵੀ ਰੱਖਿਆ ਹੋਇਆ ਸੀ ਵਿੱਚ ਇਹਨਾਂ ਨੇ ਟੀਕਾ ਮਾਰੀਆਂ ਇਹਨਾਂ ਦੀ ਮਾਤਾ ਨੇ ਹਾਂਜੀ ਅੱਛਾ ਜੀ ਫਿਰ ਕੀ ਸੀ ਫਿਰ ਤਾਂ ਉਹਨੂੰ ਬਚਾਇਆ ਨਹੀਂ ਜਾ ਸਕਦਾ ਜਿੱਦਾਂ ਉਸ ਵੇਲੇ ਉਹ ਪਤਾ ਲੱਗਦਾ ਥੋੜ੍ਹਾ ਬਹੁਤਾ ਇਹਦਾ ਵੀ ਇਹਦੇ ਜਾਨ ਹੈਗੀ ਆ ਘਸੀਟੀ ਆ ਉਹ ਘਸੀਟ ਕੇ ਆ ਆਪਣਾ ਉਹਨੇ ਇਸ ਤਰ੍ਹਾਂ ਕੀਤਾ ਸੀ ਐਕਚੁਅਲੀ ਉਹਦੇ 'ਚ ਉਹ ਹੋਸ਼ ਨਹੀਂ ਸੀਗੀ ਵੈਸੇ ਕਿਉਂਕਿ ਸਾਨੂੰ ਇੰਨੇ ਤਾਂ ਕੌਣ ਕਰ ਸਕਦਾ ਅੱਛਾ ਉਸ ਤੋਂ ਬਾਅਦ ਫਿਰ ਲਾਸ਼ਾਂ ਇਕੱਠੀਆਂ ਕੀਤੀਆਂ ਜੇ ਕੋਈ ਬੱਚੇ ਬਚਿਆ ਕਿਹੜਾ ਜੇ ਆ ਗਿਆ ਉਹਦੇ ਵਿੱਚ ਸਾਰੇ ਮਰ ਗਏ ਇਹ ਬੱਚੇ ਚੱਕ ਲਏ ਸੀਗੇ ਉਹਦੇ ਮਾਂ ਕਿਉਂਕਿ ਉਹ ਮਾਂ ਉਹਦੇ ਜਿਹੜੀ ਮਾਤਾ ਸੀਗੀ ਜਿੱਦਾਂ ਉਹ ਹਿੱਲੀ ਉਹ ਬੱਚੇ ਲੂਹ ਹੋ ਗਏ ਉਹ ਵੀ ਬੱਚੇ ਲੂਹ ਇਹ ਤੋਂ ਪਹਿਲੇ ਉਹਨੂੰ ਲਿਜਾਉਂਦਿਆਂ ਜੇ ਉਹਨੂੰ ਗਏ ਆ ਬੱਚਿਆਂ ਨੂੰ ਚੱਕ ਲਿਆ ਕਰ ਲਿਆ ਲੈ ਲਿਆ ਸੀ ਉਹਦੇ ਨਾਲ ਅੱਛਾ ਜੀ ਚੱਕ ਲਿਆ ਸੀ ਬੱਚੇ ਜਦੋਂ ਕਰ ਲਿਆ ਸੀ ਅੱਛਾ ਉਸ ਤੋਂ ਬਾਅਦ ਇਹ ਹੋ ਗਿਆ ਫਿਰ ਇਹ ਹੋਏਗਾ ਵੀ ਪੁਲਿਸ ਨੇ ਕਿਹਾ ਵੀ ਬੱਚੇ ਯਾਦ ਹੋ ਵੀ ਕੋਈ ਇਹਨੂੰ ਮਾਲਕ ਬਣ ਸਕਦਾ ਕੋਈ ਲੈ ਸਕਦਾ ਇਹਨਾਂ ਨੂੰ ਪੁਲਿਸ ਨੇ ਕਿਹਾ ਥਾਣੇਦਾਰ ਆਇਆ ਹੁਣ ਇਹਨਾਂ ਦੇ ਠਾਕਰ ਦੇ ਇਲਾਜ ਕੋਈ ਨਹੀਂ ਸੀਗੀ ਉਸ ਵੇਲੇ ਦੀ ਮੈਂ ਗੱਲ ਕਰ ਹਾਂਜੀ ਉਸ ਵੇਲੇ ਇਹਨਾਂ ਨੇ ਕਿਹਾ ਸੀ ਵੀ ਉਹਨਾਂ ਨੇ ਠਾਕਰ ਨੇ ਕਿਹਾ ਸੀ ਮੈਨੂੰ ਬੱਚੇ ਦੇ ਦਿਓ ਅੱਛਾ ਜੀ ਦੋਨੇ ਬੱਚੇ ਉਹਨੂੰ ਪੁਲਿਸ ਨੇ ਠਾਕਰ ਨੂੰ ਦੇ ਦਿੱਤੇ ਉਸ ਬੱਚੇ ਨੂੰ ਜਿਹੜਾ ਸੀ ਰਜਿਸਟਰੇਸ਼ਨ ਜਿਹੜੀ ਸੀਗੀ ਠਾਕਰ ਦੇ ਘਰੋਂ ਉਹਦੇ ਨਾਂ ਕਰਤੀ ਵੀ ਇਹਨੂੰ ਪੈਦਾ ਹੋਇਆ ਅੱਛਾ ਜੀ ਮਤਲਬ ਉਹ ਆਪਣੇ ਨਾਂ ਤੇ ਕਰਾ ਲਿਆ ਨਾ ਉਹਨਾਂ ਨੇ ਹੁਣ ਪੁਲਿਸ ਨੇ ਕਰ ਦਿੱਤਾ ਅੱਛਾ ਜੀ ਦੋਨਾਂ ਦਾ ਤਾਂ ਨਹੀਂ ਹੈਗਾ ਵੱਡੇ ਦਾ ਤਾਂ ਨਹੀਂ ਉਸ ਵੇਲੇ ਦੀ ਹਾਂਜੀ ਦੋਨਾਂ ਛੋਟੇ ਦਾ ਹੀ ਕਹਿਣਾ ਸੀ ਅੱਜ ਵੀ ਤਾਂ ਮੇਰੇ ਕਿਹਾ ਵੀ ਬੱਚੇ ਤਾਂ ਸਾਡੇ ਹੀ ਹਾਂਜੀ ਹਾਂਜੀ ਹੈਗੇ ਨਹੀਂ ਉਹਨਾਂ ਦੇ ਅੱਛਾ ਉਸ ਤੋਂ ਬਾਅਦ ਇਸ ਤਰ੍ਹਾਂ ਫਿਰ ਇਹ ਜਿਹੜਾ ਉਹ ਤਾਂ ਕੈਂਪ ਸੀਗਾ ਲੱਗਾ ਇੱਥੇ ਢੱਡੀ ਉੱਥੇ ਚੱਲਦੇ ਆ ਉਹ ਢੱਡੇ ਸਨੋਰੇ ਹੈ ਨਾ ਹਾਂਜੀ ਇਹ ਦੱਸੇ ਬੱਚੇ ਤਾਂ ਦੋਨੋਂ ਇਹਨਾਂ ਕੋਲ ਆ ਗਏ ਉੱਥੇ ਸੀਗੇ ਉਹ ਉਹਨਾਂ ਨੇ ਨਹੀਂ ਪਤਾ ਨਹੀਂ ਕੋਈ ਉਹਨਾਂ 'ਚੋਂ ਕੋਈ ਕਿਸੇ ਨੂੰ ਆ ਕੇ ਮੰਗੇ ਆ ਜਾਂ ਨਹੀਂ ਮੰਗੇ ਆ ਨਹੀਂ ਸਾਨੂੰ ਪਤਾ ਨਹੀਂ ਉਦੋਂ ਤੋਂ ਇਹਨਾਂ ਨੇ ਪਾ ਲਿਆ ਪਾ ਲਿਆ ਚੱਲਦਾ ਰਿਹਾ ਕੋਈ ਨਾ ਕੋਈ ਵਜੋਂ ਸੀਗੇ ਤਾਂ ਉਹਨਾਂ ਨੂੰ ਪਤਾ ਲੱਗ ਹੀ ਗਿਆ ਅਸੀਂ ਕਹਿੰਦਾ ਵੀ ਕੋਈ ਬੱਚੇ ਹੈਗੇ ਆ ਇੱਥੇ ਸਾਡੇ ਬੱਚੇ ਆ ਜਿਹੜੇ ਉਹਦੇ ਪੇਰੈਂਟਸ ਸੀਗੇ ਉਹ ਆ ਕੇ ਕੋਈ ਆਉਂਦੇ ਜਾਏ ਆ ਲੇਕਿਨ ਉਹਨਾਂ ਦੇ ਹੱਥ 'ਚ ਨਹੀਂ ਬੱਚੇ ਦਿੱਤੇ ਨਹੀਂ ਗਏ ਹੈਗੇ ਸਮਝਾ ਗਏ ਹਾਂਜੀ ਉਹਨੇ ਕੋਸ਼ਿਸ਼ ਕੀਤੀ ਵੱਡੇ ਬੱਚੇ ਨੂੰ ਲਿਆਉਣ ਦੀ ਲੇਕਿਨ ਨਹੀਂ ਇਹਨਾਂ ਨੇ ਜਦ ਤੱਕ ਹੋਇਆ ਸੀ ਦੁਕਾਨ ਪਾਤੀ ਇੱਥੇ ਥੋੜ੍ਹੀ ਅੱਛਾ ਕੰਮ ਕਰ ਲਿਆ ਉਹਦੇ ਬਾਅਦ ਵੀ ਇੱਕ ਦੋ ਦਫ਼ਾ ਉਹ ਇਹ ਸਿਸਟਮ ਹੋਇਆ ਹੈਗਾ ਉਹਨੂੰ ਲਿਜਾਉਣ ਦਾ ਇਹ ਨਹੀਂ ਪਤਾ ਮੈਨੂੰ ਮੇਰੀ ਉਸ ਨੂੰ ਉਸ ਹਿਸਟਰੀ ਦਾ ਨਹੀਂ ਪਤਾ ਵੀ ਲਿਜਾਉਣ ਨੂੰ ਕਿੱਦਾਂ ਕੱਢਦੇ ਸੀਗੇ ਕੀ ਨਹੀਂ ਕਹਿੰਦੇ ਕਹਿੰਦੇ ਸੀਗੇ ਵੀ ਠੀਕ ਹੈ ਵੀ ਇਹ ਬੱਚਾ ਸਾਡਾ ਹੈ ਨਹੀਂ ਉਹਨਾਂ ਨੂੰ ਫਿਰ ਕਿੱਦਾਂ ਪਤਾ ਲੱਗਾ ਵੀ ਸਾਡੇ ਇੱਥੇ ਮੁਸਲਮਾਨਾਂ ਦੇ ਬੱਚੇ ਰਹਿ ਗਏ ਹੈ ਨਾ ਦੇਖੋ ਜੀ ਇੱਥੋਂ ਉੱਥੋਂ ਆ ਕੇ ਤਾਂ ਇੱਥੇ ਮੁਸਲਮਾਨ ਤਾਂ ਬਥੇਰੇ ਆਉਂਦੇ ਸੀ ਤੁਸੀਂ ਇਹੀ ਗੱਲ ਦਿੰਦੇ ਵੀ ਪਿੱਛੇ ਫਸਲਾਂ ਸੀਗੀਆਂ ਤੁਹਾਨੂੰ ਪਤਾ ਹੋਣਾ ਤੁਹਾਡੀ ਫਸਲਾਂ ਦੇ ਵਿੱਚ ਵੀ ਤਾਂ ਰੋਟੀਆਂ ਲਿਜਾਉਂਦੇ ਰਹੇ ਆ ਕੇ ਸਾਰਾ ਤੁਹਾਨੂੰ ਕੁਛ ਨਾ ਕੁਛ ਵਾਕਫ ਸਹੀ ਸਾਡਾ ਪਿੰਡ ਵੀ ਤਾਂ ਨਾਲ ਹੀ ਸੀ ਉਹਨਾਂ ਦੇ ਬਿਲਕੁਲ ਬਿਲਕੁਲ ਜਿਹੜਾ ਪਿੰਡ ਇੱਥੇ ਮੁਸਲਮਾਨ ਸੀਗੇ ਇਕੱਠੇ ਰਹਿੰਦੇ ਸਨ ਨਾਲ ਹੀ ਗਏ ਬਈ ਉਹ ਕਹਿੰਦੇ ਤੇ ਵੀ ਹਮਲਾ ਤਾਂ ਇਕੱਠਿਆਂ ਨਾਲ ਹੀ ਹੋ ਗਿਆ ਇਹਨਾਂ ਦਾ ਇੱਥੇ ਇੱਕ ਪਿੰਡ ਹੈਗਾ ਚੌਧਰੀਆਂ ਦਾ ਹੈਗਾ ਇੱਥੇ ਉਹਦੇ ਅੰਦਰ ਮੇਰਾ ਖਿਆਲ ਕਿ 90 ਕੁ ਦੇ ਹਿਸਾਬ ਸਾਬ ਬੱਚੇ ਹੁਣ ਜਨਾਨੀਆਂ ਆਦਮੀ ਬੰਦ ਕਰਕੇ ਤਾਲਾ ਲਾ ਕੇ ਗਏ ਸੀ ਉਹ ਅੱਛਾ ਜੀ ਉਹਨਾਂ ਨੇ ਆ ਕੇ ਉਹ ਤਾਲਾ ਖੁਲਾ ਕੇ ਬੱਚੇ ਲੈ ਸਾਰੇ ਉਹਨਾਂ ਨੂੰ ਲੈ ਕੇ ਗਏ ਉਹ ਇੱਕ ਦੋ ਵਾਰੀ ਉਹਨਾਂ ਨੇ ਆ ਕੇ ਉਹਨਾਂ ਨਾਲ ਮੁਕਾਬਲਾ ਕੀਤਾ ਠੀਕ ਆ ਲੈ ਕੇ ਗਏ ਔਰ ਦੋ ਤਿੰਨ ਬੰਦੇ ਉਹ ਮਾਰ ਵੀ ਗਏ ਸੀ ਫਿਰ ਉਹਦੇ ਬਾਅਦ ਕਿਉਂਕਿ ਉੱਥੇ ਛੱਪੜ ਸੀਗਾ ਛੱਪੜ ਦੇ ਵਿੱਚ ਦੇ ਬੱਚੇ ਜਦੋਂ ਉਹ ਮੁਸਲਮਾਨ ਨੱਠੇ ਆ ਇੱਧਰੋਂ ਸਾਡੇ ਬੰਦੇ ਛੱਪੜ ਦੇ ਵਿੱਚ ਵੜ ਗਿਆ ਨੱਠੇ ਉਹਨਾਂ ਨੇ ਜਾ ਕੇ ਛੱਪੜ 'ਚ ਦੋ ਤਿੰਨ ਬੰਦੇ ਮਾਰ ਅੱਛਾ ਕਿਹੜੇ ਪਿੰਡ ਦੀ ਗੱਲ ਹੈ ਇਹ ਇੱਥੇ ਦੇ ਆਸੇ ਆਪਣੇ ਪਿੰਡ ਦੀ ਤੁਹਾਡੇ ਪਿੰਡ ਦੀ ਗੱਲ ਕਰਦੇ ਅੱਛਾ ਜੀ ਕਿਉਂਕਿ ਹਮਲਾ ਫਿਰ ਉਹਦੇ ਬਾਅਦ ਉਹ ਆਉਂਦੇ ਸੀਗੇ ਇਹ ਤਾਂ ਇੱਥੇ ਆਉਂਦੇ ਸੀ ਉਹ ਆਪਣੇ ਮੁਸਲਮਾਨ ਇੱਥੇ ਆਉਂਦੇ ਸੀਗੇ ਕਿ ਜਿਹੜੇ ਬਚੋਏ ਸੀਗੇ ਬਿਲਕੁਲ ਬਿਲਕੁਲ ਜਿਹਨਾਂ ਜਿੱਦਾਂ ਇਹ ਲੈਣ ਆਏ ਉਹਨਾਂ ਨੂੰ ਪਤਾ ਲੱਗਿਆ ਸੀ ਵੀ ਹੈਗਾ ਬੱਚਾ ਅੱਛਾ ਬਜ਼ੁਰਗੋ ਜਿੱਦਾਂ ਵੀ ਭਰਾ ਇਹਨਾਂ ਦਾ ਕਿੱਦਾਂ ਗਿਆ ਹਾਂਜੀ ਇਹਨਾਂ ਦਾ ਜਿਹੜਾ ਭਰਾ ਵੱਡਾ ਸੀਗਾ ਉਹ ਕਿੱਦਾਂ ਕਿੰਨੇ ਕੁ ਚਿਰ ਬਾਅਦ ਗਿਆ ਵੰਡ ਤੋਂ ਕਿਹਦਾ ਭਰਾ ਇਹਨਾਂ ਬਜ਼ੁਰਗਾਂ ਦਾ ਜਿਹੜਾ ਵੱਡਾ ਭਰਾ ਸੀਗਾ ਗਿਆਨ ਚੰਦ ਜਿਹੜਾ ਸੀਗਾ ਗਿਆਨ ਚੰਦ ਤਕੜਾ ਸੀ ਤਕੜਾ ਹੋ ਗਿਆ ਸੀ ਨਾ ਦੁਕਾਨ ਕਰਦਾ ਸੀ ਅੱਛਾ ਲੇਕਿਨ ਉਹ ਨਹੀਂ ਗਿਆ ਉਹ ਨਹੀਂ ਜਾਂਦਾ ਨਹੀਂ ਜਾਂਦੇ ਅੱਛਾ
ਉਹਨਾਂ ਲੈਣ ਕੌਣ ਆਇਆ ਸੀ? ਲੈਣ ਉਹਨਾਂ ਨੂੰ ਪੁਲਿਸ ਦੇ ਥੋੜੇ ਆਉਂਦੇ ਸੀਗੇ, ਉਹਨਾਂ ਦਾ ਲਿਜਾ ਨਹੀਂ ਸਕਦਾ ਸੀ ਕੋਈ। ਅੱਛਾ ਜੀ। ਹਾਂਜੀ, ਉਹ ਲੜ ਜਾਂਦਾ ਸੀ, ਲੁੱਕ ਜਾਂਦਾ ਸੀ। ਕੋਈ ਪਿੱਛੇ ਨੀ ਗਿਆ ਉਹਨਾਂ ਦੇ ਨਾਲ? ਤੇ ਕੋਈ ਰਾਬਤਾ ਪਰਿਵਾਰ ਦਾ ਜਾਂ ਮੁੜ ਕੇ ਆਇਆ ਕੋਈ ਦੇਖਣ ਵੀ ਸਾਡਾ ਬੱਚਾ ਇੱਥੇ ਰਹਿ ਗਿਆ? ਉਹਨਾਂ ਦਾ ਮੁਸਲਮਾਨਾਂ ਦਾ ਕੋਈ ਨਹੀਂ ਆਇਆ। ਠੀਕ ਆ। ਤੇ ਬਾਬਾ ਜੀ ਜਿਹੜੇ ਜਥੇ ਪਏ ਆ ਨਾ ਪਿੰਡਾਂ ਨੂੰ, ਕਿੱਥੇ ਕਿਹੜੇ, ਤੁਹਾਨੂੰ ਪਤਾ ਕਿਹੜੇ ਕਿਹੜੇ ਪਿੰਡਾਂ ਦੇ ਸੀਗੇ? ਪਿੰਡਾਂ ਦੇ ਕਿਹਾ, ਜਿੰਨੇ ਮੁਸਲਮਾਨਾਂ ਦੇ ਪਿੰਡ ਆ ਸਾਰੇ ਸੀ। ਇੱਥੇ ਹਮਲਾ ਆਇਆ ਜ਼ਬਰਦਸਤ, ਉੱਧਰ ਹੀ ਇੱਕ ਪਿੰਡ ਬੀਰਮਪੁਰ ਆ ਕੀ ਹੈਗਾ, ਉੱਥੇ ਮੁਸਲਮਾਨਾਂ ਦਾ ਤਾਂ ਆਪਣੇ ਇਹਨਾਂ ਦਾ ਸਿੱਖਾਂ ਦਾ ਉੱਥੇ ਸ਼ੁਰੂ ਹੀ ਉੱਥੋਂ ਹੋਇਆ। ਉੱਥੇ ਲੜਾਈ ਹੋ ਗਈ, ਉੱਧਰੋਂ ਬੰਦ ਆ ਗਏ, ਉੱਧਰੋਂ ਡੱਟ ਕੇ ਇੱਧਰੋਂ ਡੱਟ ਕੇ ਆ ਗਏ, ਇੱਧਰ ਫਿਰ ਜ਼ੋਰ ਪਿਆ ਜਦੋਂ ਫਿਰ ਦੂਏ ਜਿਹੜੇ ਸੀਗੇ ਉਹ ਭੱਜੇ ਗਏ ਆਪਣੇ ਜਿਹੜੇ ਸੀਗੇ ਮੁਸਲਮਾਨਾਂ ਨਾਲ ਜ਼ੋਰ ਪੈ ਗਿਆ ਉੱਧਰ, ਉਹ ਕੁਛ ਉਹ ਭੱਜੇ, ਫਿਰ ਜ਼ੋਰ ਉਹਨਾਂ ਦਾ ਪਿਆ ਉਹ ਭੱਜ ਗਿਆ ਉੱਧਰ ਡੱਟ ਕੇ ਆ ਗਏ। ਉੱਥੇ ਇਸ ਤਰ੍ਹਾਂ ਹੋਇਆ ਸੀ, ਉੱਥੇ ਮੁਕਾਬਲਾ ਹੋਇਆ ਸੀ ਪਹਿਲੇ। ਨਹੀਂ, ਜਿਹੜੇ ਇਸ ਵਾਰ ਤੋਂ ਪਹਿਲੇ ਮੁਕਾਬਲਾ ਹੋਇਆ ਸੀ ਜਿਹੜੇ ਸਿੱਖਾਂ ਦੇ, ਇਹ ਮਤਲਬ ਪਿੰਡ ਦੇ ਉੱਤੇ ਆਪਣੇ ਹਮਲਾ ਕੀਤਾ ਹੈ ਨਾ, ਉਹ ਪਤਾ ਕਿਹੜੇ ਕਿਹੜੇ ਪਿੰਡਾਂ ਦੇ ਸੀਗੇ? ਪਿੰਡਾਂ ਦੇ ਕਿਹਾ, ਸਾਰੇ ਪਿੰਡ ਲੱਗੇ ਜਿੰਨੇ ਵੀ ਆ ਮੁਸਲਮਾਨਾਂ ਦੇ, ਲਾਗੇ ਲਾਗੇ ਪਿੰਡਾਂ ਦੇ, ਲਾਗੇ ਲਾਗੇ ਮੁਸਲਮਾਨਾਂ ਦੇ। ਸਿੱਖਾਂ ਦੇ ਪਿੰਡ ਲਾਗੇ ਕਿਹੜੇ ਕਿਹੜੇ ਸੀਗੇ? ਸਿੱਖਾਂ ਦੇ ਕੋਈ ਪਿੰਡ, ਕੋਈ ਲਾਭਾ ਇਹ ਪਿੰਡ ਆਪਣਾ ਸਾਡਾ ਸੀਗਾ, ਇਹ ਵੀ ਮੁਸਲਮਾਨਾਂ ਦਾ ਸੀ। ਇਹਨਾਂ ਉਹ ਖਾਨਪੁਰ ਖੰਡ ਕਲਾ, ਇਹਨਾਂ ਦੀਆਂ ਮੁਸਲਮਾਨਾਂ ਦੀਆਂ ਆਪਸ ਵਿੱਚ ਰਿਸ਼ਤੇਦਾਰੀਆਂ ਸੀਗੀਆਂ ਨਾ। ਠੀਕ ਆ। ਪਿੰਡ ਤਾਂ ਹੈਗਾ ਜੋੜਾ ਸੀਗਾ ਸਾਡੇ ਆ, ਜਿਹੜੀਆਂ ਛੋਟੀਆਂ ਖਾਲਾਂ ਤੋਂ ਇਹ, ਇਹਨਾਂ ਦਾ ਪਰਿਵਾਰ ਛੋਟੀ ਖਾਲੀਆਂ? ਛੋਟੀਆਂ ਖਾਲਾਂ। ਠੀਕ ਆ। ਇਹਨਾਂ ਦੇ ਪਰਿਵਾਰ ਬਾਰੇ ਕੋਈ ਜਾਣਕਾਰੀ ਹੈ ਕਿਸੇ ਨੂੰ? ਇੱਥੇ ਜਿਹੜੇ ਵੀ ਆਏ ਆ ਉਹ ਸਾਰੇ ਇਸੇ ਖਲ ਖੁਲ ਛੋਟੀਆਂ ਖਲਾਂ ਲਈ ਆਏ ਆ ਇੱਥੇ, ਕਿਉਂਕਿ ਹਮਲਾ ਹੀ ਉਹਨਾਂ ਤੇ ਹੋਇਆ। ਨਾਲੇ ਰਿਸ਼ਤੇਦਾਰੀ ਸੀਗੀਆਂ ਨਾ, ਰਿਸ਼ਤੇਦਾਰੀਆਂ ਮੁਸਲਮਾਨਾਂ ਦੀ ਆਪਸ ਵਿੱਚ, ਸਾਰੇ ਮੁਸਲਮਾਨਾਂ ਦੇ ਪਿੰਡ ਸੀਗੇ। ਮੁਸਲਮਾਨਾਂ ਦੀ ਤਾਂ ਸਾਡੀ ਆਬਾਦੀ ਸੀ ਇੱਥੇ, ਦੂਜੀ ਆਬਾਦੀ ਕੋਈ ਨਹੀਂ ਸੀ। ਬਾਬਾ ਜੀ ਜਿਹੜੇ ਇਹਨਾਂ ਦੇ ਪਰਿਵਾਰ ਦੇ ਨਾ ਖਲ ਖੁਰਦ ਤੋਂ ਉੱਠ ਕੇ ਆਏ ਸੀਗੇ, ਉਹ ਪਤਾ ਸੀਗਾ ਵੀ ਕਿਹੜੇ ਕਿਹਨਾਂ ਦੇ ਵਿੱਚੋਂ ਹੈਗੇ ਆ ਉਹ? ਨਾ ਜੀ, ਉਹ ਕੋਈ ਕਿਸੇ ਨੂੰ ਨਹੀਂ ਪਤਾ ਉਸ ਟਾਈਮ ਤੇ, ਕਿਸੇ ਨੂੰ ਪਤਾ ਆ ਨਾ ਉਹ ਕਿਸੇ ਨੂੰ, ਸਾਨੂੰ ਇੰਨੀ ਜਾਣ ਨਾ ਕਰਦੀ ਆ ਵੀ ਬੱਚੀ ਉਸ 'ਤੇ ਜਨਾਨੀ 'ਤੇ ਹਮਲਾ ਹੋਇਆ ਸੀ, ਡਿੱਗ ਪਈ ਆ ਉਹਨੂੰ ਬੇਹੋਸ਼ ਸੀ, ਨਾ ਸਾਨੂੰ ਪਤਾ ਵੀ ਉਹ ਕੌਣ ਸੀ ਕੌਣ ਨਹੀਂ ਸੀਗੀ, ਨਾ ਇਹ ਵੀ ਨਹੀਂ ਪਤਾ ਸਾਨੂੰ। ਇਹਨਾਂ ਦਾ ਪਤਾ ਆ ਵੀ ਜਦ ਹਮਲਾ ਉੱਥੋਂ ਆਇਆ ਤਾਂ ਉੱਥੋਂ ਹੀ ਭੱਜ ਕੇ ਆਇਆ। ਬਿਲਕੁਲ ਬਿਲਕੁਲ। ਉਹਦੇ ਬੱਚਾ ਬਚ ਗਿਆ। ਪਿੰਡ ਦਾ ਸਰਪੰਚ ਆ ਜੀ, ਤੇ ਇਹ ਜਿਹੜੀ ਗੱਲਬਾਤ ਹੋ ਰਹੀ ਆ ਗਿਆਨ ਚੰਦ ਬਾਰੇ ਜਾਂ ਦਿਲਵਾਗ ਰਾਏ ਬਾਰੇ, ਇਹ ਸਾਡੇ ਪਰਿਵਾਰ ਦੇ ਆ ਜੀ, ਅਤੇ ਜਿਨ੍ਹਾਂ ਇਹਨਾਂ ਨੂੰ ਜਿਨ੍ਹਾਂ ਨੇ ਪਾਲਿਆ ਆ ਇੱਥੋਂ ਚੱਕ ਕੇ, ਉਹ ਸਾਡੇ ਤਾਇਆ ਜੀ ਠਾਕਰ ਚੰਦ ਸੀਗੇ ਜੀ। ਸਾਡੇ ਘਰਦਿਆਂ ਦੇ ਦੱਸਣ ਮੁਤਾਬਕ, ਜਿੱਦਾਂ ਕਿ ਪਹਿਲਾਂ ਬਜ਼ੁਰਗ ਸ਼੍ਰੀ ਰੂਪ ਲਾਲ ਜੀ ਉਹਨਾਂ ਨੇ ਦੱਸਿਆ ਆ, ਇਹ ਸਾਰਾ ਉਹਨਾਂ ਨੇ ਸਾਨੂੰ ਇੱਦਾਂ ਹੀ ਦੱਸਿਆ ਸੀ। ਅਤੇ ਜਿਹੜੇ ਗਿਆਨ ਚੰਦ ਸੀ ਉਹ ਇਹਨਾਂ ਤੋਂ ਦਿਲਵਾਗ ਰਾਏ ਤੋਂ ਵੱਡੇ ਸੀਗੇ 4-5 ਸਾਲ। ਅੱਛਾ ਜੀ। ਅਤੇ ਜਦੋਂ ਉਹ ਜਦੋਂ ਸਾਡੇ ਤਾਇਆ ਜੀ ਠਾਕਰ ਚੰਦ ਨੇ ਉਹਨਾਂ ਨੂੰ ਪਾਲਿਆ, ਅਤੇ ਉਹਨਾਂ ਨੂੰ ਇੱਥੇ ਲਾਗੇ ਹੀ ਉਹਨਾਂ ਨੂੰ ਇੱਕ ਕਰਿਆਨੇ ਦੀ ਦੁਕਾਨ ਪਾ ਦਿੱਤੀ। ਅੱਛਾ ਜੀ। ਅਤੇ ਉਹ ਮੰਨ ਲਓ ਕੰਮ ਨੂੰ, ਜਿੱਦਾਂ ਸਾਡੇ ਘਰਦਿਆਂ ਦੇ ਦੱਸਣ ਮੁਤਾਬਕ ਬਈ ਉਹ ਕੰਮ ਨੂੰ ਬਹੁਤ ਹੁਸ਼ਿਆਰ ਸੀਗੇ, ਅਤੇ ਦੁਕਾਨ ਛੋਟੀ ਉਮਰ 'ਚ ਹੀ ਆਪਣੀ ਜਿਹੜਾ ਆਪਣਾ ਦੁਕਾਨ ਦਾ ਕਿੱਤਾ ਬਹੁਤ ਵਧੀਆ ਢੰਗ ਨਾਲ ਕਰ ਸੀ। ਵੱਡਾ ਭਾਈ ਇਹਨਾਂ? ਹਾਂਜੀ, ਗਿਆਨ ਚੰਦ ਜੀ। ਅੱਛਾ ਜੀ। ਅਤੇ ਸਾਰੇ ਪਰਿਵਾਰ ਦੇ ਨਾਲ ਉਹਨਾਂ ਦੀ ਬਹੁਤ ਹੀ ਮੰਨ ਲਓ ਪਿਆਰ ਬਹੁਤ ਹੁੰਦਾ ਸੀ, ਅਤੇ ਮੇਰੇ ਪਿਤਾ ਜੀ ਉਹਨਾਂ ਦੇ ਚਾਚਾ ਜੀ ਲੱਗਦੇ ਸੀ। ਅੱਛਾ ਜੀ। ਅਤੇ ਮੇਰੀ ਮਾਤਾ ਦੱਸਦੀ ਹੁੰਦੀ ਸੀ ਕਿ ਦੁਕਾਨ 'ਤੇ ਉਹਨੇ ਆਪਣੇ ਹੈ ਨਾ ਜੇਬ 'ਚ ਪਾ ਕੇ ਮੇਰੇ ਲਈ ਬਦਾਮ ਲੈ ਆਉਣੇ ਅਤੇ ਅਖਰੋਟ ਲੈ ਆਉਣੇ, ਅਤੇ ਉਹਨਾਂ ਨੂੰ ਮੰਨ ਲਓ ਖਾਣ ਨੂੰ ਦੇਣੇ ਵੀ ਚਾਚੀ ਤੂੰ ਖਾ ਲਾ, ਅਤੇ ਵੀ ਮੰਨ ਲਓ ਉਹਨਾਂ ਦਾ ਜਿਹੜਾ ਇਹ ਤਾਂ ਚਲੋ ਦਲਵਾਰ ਆ ਜਦੋਂ ਛੋਟੇ ਸੀ, ਅਤੇ ਉਹ ਮੰਨ ਲਓ ਮਚੋਰ ਸੀਗੇ ਅਤੇ ਆਪਣੀ ਉਮਰ 'ਚ ਵੱਧ ਸਿਆਣੇ ਸੀ, ਅਤੇ ਉਹਨਾਂ ਦੀ ਪਰਿਵਾਰ ਨਾਲ ਬਹੁਤ ਜ਼ਿਆਦਾ ਸਾਂਝ ਸੀਗੀ। ਠੀਕ ਆ। ਅਤੇ ਜਦੋਂ ਮੰਨ ਲਓ ਵੀ ਉਹਨਾਂ ਨੂੰ ਲੈ ਗਏ
ਲਿਜਾਣ ਦਾ ਕਾਰਨ ਇਹ ਸੀਗਾ ਵੀ ਉਹਨਾਂ ਦੀ ਜਿਹੜਾ ਸੀ ਕਾਨੂੰਨੀ ਤੌਰ 'ਤੇ ਰਜਿਸਟ੍ਰੇਸ਼ਨ ਜਿਹੜੀ ਸੀ ਨਹੀਂ ਹੋ ਸਕੀ। ਇਹਨਾਂ ਦੀ ਰਜਿਸਟ੍ਰੇਸ਼ਨ ਕਰਵਾਈ ਸੀ, ਚਲੋ ਪ੍ਰੋਬਲਮ ਆਈ ਸੀ, ਅਤੇ ਉਹ ਮੰਨ ਲਓ ਫਿਰ ਸਾਡੇ ਪਰਿਵਾਰ ਨੇ ਅਤੇ ਮੰਨ ਲਓ ਸਾਡਾ ਤਾਇਆ ਜੀ ਅਤੇ ਇਹਨਾਂ ਦੇ ਮੰਨ ਲਓ ਚਾਚਾ ਜੀ ਲੱਗਦੇ ਸੀਗੇ ਦਰਬਾਰ ਰਾਏ ਦੇ, ਉਹਨਾਂ ਦੀ ਉੱਥੇ ਦਿੱਲੀ ਦੇ ਵਿੱਚ ਅਪਰੋਚ ਸੀਗੀ, ਉੱਥੋਂ ਮੰਨ ਲਓ ਕੇਸ ਲੜ ਕੇ ਇਹਨਾਂ ਨੂੰ ਆਪਣੇ ਹੱਕ 'ਚ ਕਰ ਲਿਆ ਸੀਗਾ। ਅੱਛਾ ਜੀ। ਅਤੇ ਬਾਕੀ ਅਸੀਂ ਹਜੇ ਤੱਕ ਵੀ ਚਲੋ ਹੁਣ ਅਸੀਂ ਮੀਡੀਆ ਸਾਹਮਣੇ ਚਲੋ ਗੱਲਬਾਤ ਅਸਲੀਅਤ ਦੱਸਣੀ ਚਾਹੁੰਦੇ ਹਾਂ ਅਤੇ ਸਾਡੇ ਘਰ ਦੇ ਜਾਂ ਸਾਡੇ ਤਾਈ ਤਾਇਆ ਜੀ ਜਦੋਂ ਅਸੀਂ ਇਹ ਕੋਈ ਗੱਲ ਕਹਿ ਨਹੀਂ ਸੀ ਸਕਦਾ ਵੀ ਤੁਸੀਂ ਇਹ ਮੁੰਡਾ ਇੱਥੋਂ ਲੈ ਕੇ ਪਾਇਆ। ਹਾਂ, ਮੁਸਲਮਾਨਾਂ ਦਾ ਮੁੰਡਾ। ਹਾਂ, ਕਿਉਂਕਿ ਅਸੀਂ ਇਹ ਅਸੀਂ ਸਾਡਾ ਭਰਾ ਆ। ਹਾਂ ਬਿਲਕੁਲ, ਅਸੀਂ ਕਹਿੰਦੇ ਹੀ ਹਾਂ। ਪਰ ਹੁਣ ਚਲੋ ਤੁਸੀਂ ਚਾਹੁੰਦੇ ਹਾਂ ਵੀ ਅਸੀਂ ਇਹਨਾਂ ਦਾ ਮਿਲਾਪ ਕਰਾਈਏ। ਹਾਂਜੀ। ਅਤੇ ਸ਼ਾਇਦ ਸਾਡੇ ਪਰਿਵਾਰ 'ਚੋਂ ਸਾਡੀ ਇੱਕ ਮਾਤਾ ਹੀ ਜੀਂਦੀ ਆ। ਹਾਂਜੀ। ਉਹ ਹਜੇ ਵੀ ਚਲੋ ਹੁਣ ਤਾਂ ਉਹਨਾਂ ਕੋਲ ਥੋੜ੍ਹਾ ਜਿਹਾ ਉਮਰ ਦੇ ਹੋਣ ਨਾਲ ਗੱਲਾਂ ਯਾਦ ਨਹੀਂ ਰਹੀਆਂ ਅਤੇ ਉਹ ਅਕਸਰ ਹੀ ਅਸੀਂ ਜਿਹੜਾ ਸਾਡਾ ਭਰਾ ਪਾਕਿਸਤਾਨ 'ਚ ਚੱਲ ਗਿਆ ਗਿਆਨ ਚੰਦ, ਹਾਂਜੀ, ਅਸੀਂ ਉਹਨਾਂ ਦੀਆਂ ਅਕਸਰ ਗੱਲਾਂ ਕਰਦੇ ਰਹੀਦਾ ਆ। ਠੀਕ ਆ। ਅਤੇ ਜੇ ਹੋ ਸਕੇ ਤਾਂ ਚਲੋ ਅਸੀਂ ਚਾਹੁੰਦੇ ਹਾਂ ਬਈ ਪਰਿਵਾਰ ਨਾਲ ਰਾਬਤਾ ਹੋ ਜਾਵੇ ਨਾ, ਤੁਹਾਡੇ ਮੀਡੀਆ ਥਰੂ ਜੇ ਉਹਨਾਂ ਦਾ ਮਿਲਾਪ ਕਰਾ ਦੇਵੇ। ਹਾਂਜੀ। ਅਤੇ ਅਸੀਂ ਤੁਹਾਡੇ ਬਹੁਤ ਧੰਨਵਾਦੀ ਹੋਵਾਂਗੇ ਅਤੇ ਸ਼ਾਇਦ ਕੁਛ ਪਿੰਡ ਦੇ ਬਜ਼ੁਰਗ ਜਿਹੜੇ ਹਜੇ ਹੈਗੇ ਆ ਉਹਨਾਂ ਨੂੰ ਸਾਰੀ ਇਹ ਸਥਿਤੀ ਜਾਣਦੀ ਆ ਅਤੇ ਉਹ ਵੀ ਮਿਲ ਲੈਣ। ਠੀਕ ਆ। ਸਾਡੇ ਮੰਨ ਲਓ ਚਲੋ ਸਾਡੇ ਤਾਂ ਉਮਰ ਤੋਂ ਪਹਿਲਾਂ ਦੀਆਂ ਗੱਲਾਂ ਆ ਅਤੇ ਜੇ ਉਹ ਮਿਲ ਜਾਣ ਤਾਂ ਅਸੀਂ ਤੁਹਾਡੇ ਬਹੁਤ ਧੰਨਵਾਦੀ ਹਾਂ ਜੀ, ਸਾਨੂੰ ਬੜਾ ਖੁਸ਼ੀ ਹੋਵੇਗੀ, ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਾਂਗੇ, ਵੈਲਕਮ ਕਰਾਂਗੇ ਜੀ। ਠੀਕ ਆ ਜੀ। ਮਾਤਾ ਜੀ ਇਹ ਪੁੱਛਣ ਆਏ ਆ, ਦਿਲਬਾਗ ਰਾਜ ਦੇ ਭਰਾ ਗਿਆਨ ਚੰਦ ਨੂੰ ਤੁਸੀਂ ਜਾਣਦੇ ਆ? ਇਹਨੂੰ ਗਿਆਨ ਨੂੰ ਗਿਆਨ ਨੂੰ ਹਾਂ ਆਹੋ ਗਿਆਨ ਦਾ ਸਾਡਾ ਸੀਗਾ। ਹਾਂ ਗਿਆਨ ਸਾਡਾ ਸੀਗਾ। ਮਾਤਾ ਜੀ ਜਿਹੜਾ ਗਿਆਨ ਸੀਗਾ ਨਾ, ਜਿਹੜਾ ਗਿਆਨ ਸੀਗਾ ਦਿਲਬਾਗ ਦਾ ਭਰਾ, ਜਾਣਦੇ ਤੁਸੀਂ ਉਹਨੂੰ? ਹਾਂ। ਕੌਣ ਕੀ ਲੱਗਦਾ ਸੀ ਤੁਹਾਡਾ? ਮੇਰਾ ਤਾਂ ਮੇਰੇ ਜੇਠ ਦਾ ਮੁੰਡਾ ਸੀ। ਤੁਹਾਡੇ ਜੇਠ ਦਾ ਮੁੰਡਾ ਸੀਗਾ? ਇਸ ਮੁੰਡੇ ਦੇ ਇੱਥੇ ਪਰਚਾ ਲੱਗਾ ਸੀ। ਹਾਂ। ਕਿੱਥੋਂ ਲੱਭੇ, ਕਿੱਥੋਂ ਸੀ ਇਹ? ਇੱਥੇ ਸੀਗੇ। ਅੱਛਾ। ਇੱਥੇ ਸੀਗੇ, ਥਾਣੇਦਾਰ ਨੇ ਇਹਨਾਂ ਨੂੰ ਦੇਤੇ। ਪਹਿਲਾਂ ਹੋਰ ਬੁੱਢੇ ਨੀ ਦਿੰਦੇ, ਉਹਦੇ ਹੈ ਨੀ ਪੁੱਤ। ਅੱਛਾ। ਪਹਿਲਾਂ ਉਹਨਾਂ ਨੂੰ ਦਿੱਤੇ ਆ, ਫਿਰ ਸਾਨੂੰ ਇਹਨੂੰ ਦੇਤੇ, ਮੇਰੇ ਆਉਣ ਤੋਂ ਪਹਿਲਾਂ ਦੀਆਂ ਗੱਲਾਂ। ਪਹਿਲਾਂ ਤੇ ਜਦੋਂ ਉਹ ਗਏ ਆ ਤਾਂ ਤੁਸੀਂ ਇੱਥੇ ਆ ਗਏ ਸੀਗੇ ਨਾ? ਹਾਂ, ਉਦੋਂ ਮੈਂ ਆ ਗਈ। ਅੱਛਾ। ਉਦੋਂ ਮੈਂ ਆ ਗਈ ਸੀ। ਠੀਕ ਆ। ਤੇ ਜਦੋਂ ਉਹ ਗਏ ਆ, ਗਿਆਨ ਗਿਆ ਆ ਨਾ, ਤੇ ਉਹ ਪਤਾ ਤੁਹਾਨੂੰ ਉਸਲੇ ਕਿੱਦਾਂ ਗਿਆ? ਬਾਹਰੋਂ ਤੁਰੇ ਆਉਂਦਾ ਸੀ ਤੇ ਇਹ ਰੋਂਦਾ ਸੀ ਮੇਰਾ ਜੇਠ। ਕਹਿੰਦਾ ਤੂੰ ਕਿਉਂ ਰੋਂਦਾ, ਕੀ ਗੱਲ ਹੋਈ ਆ, ਕੋਈ ਲੜਾਈ ਹੋਈ ਆ? ਕਹਿੰਦਾ ਨਹੀਂ ਚਾਚਾ, ਬਈ ਗਿਆਨ ਸੀਗਾ ਉਹਨੂੰ ਲੈ ਗਿਆ ਆ, ਇੱਕ ਆਦਮੀ ਲੈ ਗਿਆ, ਉਹ ਲੈ ਗਿਆ। ਉਹ ਕਹਿੰਦਾ ਕਿੱਥੇ ਲੈ ਗਿਆ? ਆਖੇ ਉੱਥੇ ਲੈ ਗਿਆ ਆ, ਕੈਂਪ ਚ ਲੈ ਗਿਆ। ਇੱਕੋ ਹੀ ਬੰਦਾ ਸੀਗਾ, ਉਹ ਕਹਿੰਦਾ ਲੈ ਗਿਆ। ਅੱਛਾ। ਉਹ ਕਹਿੰਦਾ ਹੁਣ ਕਿੱਦਾਂ ਕਰਨੀ ਆ? ਉਹ ਕਹਿੰਦਾ ਹੁਣ ਕੀ ਕਰਨੀ ਆ, ਮੈਂ ਆਇਆ ਕਰਾਂਗੇ ਅਸੀਂ ਜਿੰਨਾ ਚਿਕਰ ਇੱਥੇ ਆ। ਇੰਨੀ ਗੱਲ ਕਹੀ ਆ ਮੇਰੇ ਜੇਠ ਨੇ। ਅੱਛਾ। ਹੁਣ ਉਹ ਮਰ ਗਏ ਆ, ਜੋ ਜਠਾਣੀ ਮਰ ਗਏ ਉਹ ਜਾਂਦੇ ਰਹੇ ਆ, ਉਹ ਮਿਲਣ ਜਾਂਦੇ ਰਹੇ ਆ ਨਾ ਪਿੰਡ ਕਾਹਨੂੰ? ਕੈਂਪ ਚ। ਕੈਂਪ ਚ? ਕੈਂਪ ਚ। ਅੱਛਾ। ਪਿੰਡ ਨਹੀਂ। ਠੀਕ ਆ। ਉਹ ਤੋਂ ਬਾਅਦ ਮਤਲਬ ਕਦੀ ਮੇਲ ਨਹੀਂ ਹੋਇਆ ਨਾ? ਹੈ? ਕਦੀ ਮੇਲ ਨਹੀਂ ਹੋਇਆ ਨਾ? ਨਹੀਂ ਨਹੀਂ। ਤਾਂ ਪਰਿਵਾਰ 'ਚ ਕਿੱਦਾਂ ਰਹਿੰਦਾ ਹੁੰਦਾ ਸੀ ਉਹ ਗਿਆਨ? ਉਹ ਇਹਨਾਂ ਦੇ ਪਰਿਵਾਰ 'ਚ ਹੀ ਰਹਿੰਦਾ, ਇਹ ਦੋਵੇਂ ਹੀ ਮੇਰਾ ਜੇਠ ਸੀਗਾ ਅਤੇ ਇਹ ਦੋ ਮੁੰਡੇ ਸੀ, ਇਹਨਾਂ ਦਾ ਉਹ ਇਲਾਜ ਕਰਦੀ ਸੀ ਅਤੇ ਕਾਨੂੰਨ ਆ ਜਾਣਾ ਸਾਡੇ ਕੋਲ, ਦੋ ਬੇਰੀ ਆਇਆ ਸੀ, ਬੇਰੀ ਫੜ ਹੋ ਗਿਆ। ਉਹ ਕਹਿਣ ਲੱਗੇ ਸੀ ਕਾਕਾ, ਉਹ ਕਹਿੰਦਾ ਮੇਰਾ ਉੱਧਰ ਹੈ ਨਹੀਂ ਕੋਈ ਵੀ, ਹੈਂ ਮੈਨੂੰ ਤੁਸੀਂ ਲਿਜਾਓ ਨਾ, ਬਈ ਮੇਰਾ ਉੱਧਰ ਕੋਈ ਵੀ ਨਹੀਂ, ਮੇਰਾ ਮਰ ਗਿਆ ਸਾਰੇ। ਉਹ ਫਿਰ ਵੀ ਲੈ ਗਿਆ, ਲੈ ਗਿਆ। ਮੇਰੇ ਜੇਠ ਜਠਾਣੀ ਰੋਂਦੇ, ਮੈਂ ਦੇਖੇ ਆ, ਮੇਰਾ ਜੇਠ ਵੀ ਰੋਂਦਾ, ਜਠਾਣੀ ਵੀ, ਫਿਰ ਉੱਥੇ ਨਹੀਂ ਜਾਂਦੇ, ਫਿਰ ਸਾਨੂੰ ਪਤਾ ਨਹੀਂ, ਪਤਾ ਨਹੀਂ ਲੱਗਾ ਨਾ। ਤੇ ਜੇ ਮਾਤਾ ਜੀ ਉਹ ਗਿਆਨ ਲੱਭ ਲਈਏ ਕਿਸੇ ਵੀ ਤਰੀਕੇ ਨਾਲ, ਹੋਰ ਕੀ ਚਾਹੀਦਾ? ਜੇ ਤੂੰ ਲੱਜ ਨਾ, ਮੈਂ ਤੂੰ ਸਾਡੇ ਕੋਲ ਲਾਇਆ, ਮੇਲ ਪਾਵੇ, ਜੇ ਸਾਨੂੰ ਪਛਾਣ ਲਵੇ ਤਾਂ ਮੇਲ ਪਾਵੇ। ਹਾਂ, ਤਾਂ ਭਰਾਵਾਂ ਦਾ ਮੇਲ ਹੋ ਜਾਵੇ ਨਾ। ਹਾਂ, ਭਰਾਵਾਂ ਦਾ ਮੇਲ ਹੋ ਜਾਵੇ। ਹਾਂ, ਠੀਕ ਆ ਜੀ। ਇਹ ਸਗਾ ਭਰਾ ਆ ਉਹਦਾ, ਸਗਾ ਸੀ ਕੁੱਛੜ, ਉਹ ਸੀ ਤਕੜਾ, ਉਹ ਤਕੜਾ ਸੀਗਾ ਨਾ, ਉਹ ਇੰਡਾ ਕੇ ਸੀਗਾ, ਇੰਨਾ ਕੇ ਲਾ ਲਾ, ਉਹ ਵੀ ਨਿਆਣਾ ਹੀ ਸੀਗਾ। ਅੱਛਾ। ਇਹ ਮੇਰੇ ਜੇਠ ਨੂੰ ਕਹਿਣ ਲੱਗੇ,
ਇਹ ਵੀ ਉੱਥੇ ਚਲੇ ਗਿਆ ਥਾਣੇਦਾਰ ਇੱਥੇ ਸੀਗਾ ਇੱਥੇ ਬੋਰਡ ਸੀ ਬਹੁਤ ਭਾਰਾ ਸੀ ਬੋਰਡ ਹੈਂ ਸਾਰੇ ਪਿੰਡ ਦੇ ਪਸ਼ੂ ਇੱਥੇ ਵੱਜਦੇ ਸੀ ਜੇ ਉਹ ਮਿਲ ਪਵੇ ਭਰਾ ਨੂੰ ਮਿਲ ਜਾਵੇ ਜੇ ਆ ਜਾਵੇ ਤਾਂ ਹਨਾ ਇਹ ਭਰਾ ਨੂੰ ਮਿਲ ਪਵੇ ਬਿਲਕੁਲ ਨਾਲ ਦਾ ਜੰਮਿਆ ਆ ਬਿਲਕੁਲ ਇੱਕ ਆਸਥਾ ਹੈਗੀ ਆ ਵੀ ਹੋ ਸਕਦਾ ਆ ਆਸਥਾ ਹੈਗੀ ਆ ਸਾਰੀ ਜਗ੍ਹਾ ਨਾ ਜੀ ਖਾਲੀ ਪਈ ਸੀਗੀ ਅੱਛਾ ਜੀ ਇੱਥੇ ਖੂਹੀ ਸੀ ਸਾਡੀ ਖੂਹੀ ਸੀ ਸਾਡੀ ਸਾਡਾ ਬਰਾਦਰੀ ਸਾਰੀ ਇੱਥੋਂ ਪਾਣੀ ਭਰਦੀ ਸੀ ਅਤੇ ਪਾਣੀ ਪੀਂਦੇ ਸੀ ਅਤੇ ਜਦੋਂ ਹਮਲਾ ਹੋਇਆ ਮਤਲਬ ਇੱਧਰਲੇ ਪਾਸਿਓਂ ਵੀ ਹਮਲਾ ਹੋਇਆ ਇੱਥੇ ਕੋਠੇ ਸੀਗੇ ਸਾਡਾ ਵੀ ਕੋਠਾ ਇਹਦੇ ਪਿੱਛੇ ਹੀ ਸੀਗਾ ਅੱਛਾ ਜੀ ਇਹਦੇ ਪਿੱਛੋਂ ਦੀ ਉਹ ਜਿਹੜੇ ਸੀਗੇ ਸਿੱਖ ਉਹਨਾਂ ਦੇ ਮਗਰ ਭੱਜੇ ਹੈਗੇ ਨੇ ਮੁਸਲਮਾਨਾਂ ਕੁਛ ਉੱਥੇ ਜਿਹਨਾਂ ਨੇ ਲੱਗੀਆਂ ਉੱਥੇ ਡਿੱਗ ਪਏ ਇਹ ਲੇਡੀ ਜਨਾਨੀ ਆ ਕੇ ਇਸ ਖੂਹੀ ਦੇ ਉੱਤੇ ਡਿੱਗੀ ਅੱਛਾ ਖੂਹੀ ਦੇ ਕੋਲ ਡਿੱਗੀ ਆ ਕੇ ਤਾਂ ਹੀ ਪਤਾ ਲੱਗ ਗਿਆ ਹਨਾ ਖੂਹੀ ਦੇ ਕੋਲ ਡਿੱਗੀ ਆ ਇਸੇ ਤਰ੍ਹਾਂ ਲੰਮੀ ਪਈ ਆ ਦਿਲਬਾਗ ਰਾਏ ਉਹਨਾਂ ਨੇ ਉਸਦੀ ਛਾਤੀ ਦੇ ਉੱਤੇ ਸੀ ਉਸਨੇ ਉਹ ਬੱਚਾ ਆਪਣਾ ਉਹਦੇ ਪਿੱਛੇ ਇੱਥੇ ਇੱਦਾਂ ਖੜਾ ਸੀ ਮੈਂ ਦੇਖਿਆ ਕਿ ਉਹਦੇ ਬੱਚਾ ਇੱਥੇ ਬੱਚੇ ਦੇ ਗਿਆਨ ਦੇ ਲੱਗਾ ਸੀ ਇੱਥੇ ਛੋੜਾ ਜਿਹਾ ਇੱਥੇ ਇੱਕ ਦੋ ਸਾਲ ਦੀ ਮਤਲਬ ਉੱਥੇ ਬਾਕੀ ਦੇ ਇੱਥੇ ਅੱਖ ਦੇ ਮੁਸਲਮਾਨਾਂ ਤੱਕਿਆ ਸੀਗਾ ਅੱਛਾ ਜੀ ਇੱਥੇ ਮੁਸਲਮਾਨਾਂ ਦੀ ਵੀ ਖੂਹੀ ਸੀਗੀ ਅੱਛਾ ਜੀ ਆਹ ਮੁਸਲਮਾਨਾਂ ਦੀਆਂ ਕਬਰਾਂ ਸੀਗੀਆਂ ਇੱਥੇ ਕਬਰਾਂ ਸੀਗੀਆਂ ਨਾ ਹਾਂਜੀ ਇੱਥੇ ਕਬਰਾਂ ਸੀ ਅਤੇ ਖਜੂਰਾਂ ਦੀਆਂ ਜੇ ਇੱਥੇ ਝੁੰਡ ਸੀਗੇ ਬਹੁਤ ਸਾਰੇ ਦਿਨ ਸੀਗੇ ਹਜੇ ਵੀ ਹੈਗੀਆਂ ਨਾ ਅੱਛਾ ਜੀ ਖਜੂਰ ਉਹਦੇ ਵਿੱਚ ਦੀਆਂ ਹੀ ਆ ਆਹ ਜਿਹੜੀ ਖਜੂਰ ਅੱਛਾ ਜੀ ਪੁਰਾਣੀਆਂ ਹੀ ਆ ਨਾ ਅਤੇ ਇੱਥੋਂ ਆਹ ਜਗ੍ਹਾ ਹੈਗੀ ਸੀ ਸਾਰੀ ਜਿੱਥੇ ਲਾਸ਼ਾਂ ਇੱਥੇ ਖੱਡ ਜਿਹੀ ਸੀਗੀ ਅੱਛਾ ਉਹਦੇ ਵਿੱਚ ਚੜੀਆਂ ਸੀ ਜਿਹੜੀਆਂ ਲਾਸ਼ਾਂ ਮਰੇ ਬੰਦਿਆਂ ਦੀਆਂ ਇਕੱਠੀਆਂ ਕਰ ਲਈਆਂ ਇੱਧਰ ਹੀ ਸੀਗੀਆਂ ਜ਼ਿਆਦਾ ਕਿਉਂਕਿ ਬੰਦੇ ਇੱਧਰ ਨੂੰ ਨੱਠੇ ਹਾਂ ਹਾਂ ਇੱਥੇ ਨੇ ਲਾ ਕੇ ਇੱਥੇ ਉਹ ਮਤਲਬ ਜਿਹੜਾ ਇੱਥੇ ਚਿਖਾ ਚਿਣੀ ਹੈ ਨਾ ਉਹਨਾਂ ਦੀ ਇੱਥੇ ਚਿਖਾ ਚਿਣੀ ਉਹਨਾਂ ਦੀ ਹੈ ਨਾ ਬਣਾਈ ਗਈ ਕਾਫੀ ਉੱਚੀ ਬਣ ਗਈ ਮਤਲਬ ਦੱਬੇ ਨਹੀਂ ਉਹ ਨਹੀਂ ਦੱਬੇ ਹਾਂ ਉਸਨੇ ਕੌਣ ਲੱਭਦਾ ਸੀ ਇੱਥੇ ਇੱਥੇ ਸਾਡੇ ਨਾਲ ਇੱਥੇ ਬੈਠਾ ਸੀ ਇੱਥੇ ਹੋਲੀ ਕੁਰਸੀ ਹਾਂ ਬਾਕੀ ਲੋਕ ਪਿੰਡ ਦੇ ਵੀ ਹੋ ਰਹੇ ਸੀ ਉਸ ਵੇਲੇ ਫਿਰ ਅੱਗ ਲਾਈ ਆ ਉਸ ਵੇਲੇ ਉਸ ਜਨਾਨੀ ਨੂੰ ਵੀ ਲਿਆ ਕੇ ਇਹਨਾਂ ਨੇ ਇੱਥੇ ਰੱਖ ਲਿੱਤਾ ਹਾਂ ਜਦੋਂ ਫਿਰ ਉਹ ਸਾਰੇ ਦੇਖ ਲੈ ਹੁਣ ਆ ਗਏ ਸਾਰੇ ਹੋਰ ਤਾਂ ਨਹੀਂ ਕੋਈ ਹੈਗਾ ਉਸ ਵਿੱਚ ਅੱਗ ਲਾਈ ਆ ਤੇ ਜਦੋਂ ਅੱਗ ਲੱਗੀ ਆ ਤਾਂ ਫਿਰ ਉਹਨੇ ਚੀਕਾਂ ਲਾ ਚੀਕ ਮਾਰੀ ਵਿੱਚ ਚੇਕ ਲੱਗੇ ਚਿਖਾ ਵਿੱਚੋਂ ਚੀਕ ਮਾਰੀ ਚਿਖਾ 'ਚ ਇੱਥੇ ਮਤਲਬ ਚਿਖਾ ਚਣੀ ਨਾ ਉਧਰ ਹੀ ਸਰ ਲੈ ਲਏ ਸੀਗੇ ਉੱਥੇ ਤਾਂ ਉੱਥੋਂ ਹੀ ਚੱਕ ਲੈਂਦੇ ਨਾਲ ਹੀ ਚੱਕ ਬਿਲਕੁਲ ਬਿਲਕੁਲ ਠੀਕ ਆ ਜੀ ਅਤੇ ਚਲੋ ਠੀਕ ਆ ਜੀ ਅਤੇ ਅਸੀਂ ਅੱਗੇ ਕਦੀ ਨਹੀਂ ਕਿਹਾ ਵੀ ਸਾਡੀ ਜਿਹੜੀ ਵੀਡੀਓ ਸ਼ੇਅਰ ਕਰਿਓ ਨਾ ਅਤੇ ਇਹ ਵੀਡੀਓ ਇਸ ਬਾਰੇ ਅਸੀਂ ਕਹਿ ਰਹੇ ਵੀ ਸਾਡੀ ਵੀਡੀਓ ਇਹ ਜਿੱਥੇ ਤੱਕ ਵੀ ਜਿਹਨਾਂ ਭਰਾਵਾਂ ਭੈਣਾਂ ਕੋਲ ਸਾਡੇ ਕੋਲ ਪਹੁੰਚਦੀ ਆ ਉਹਨਾਂ ਨੂੰ ਕਹਿੰਦੇ ਵੀ ਇਹ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਜਿਹੜੇ ਪਰਿਵਾਰ ਆ ਇਹਨਾਂ ਦਾ ਵਿਛੜੇ ਹੋਏ ਪਰਿਵਾਰ ਭਰਾ ਆ ਉਹ ਜ਼ਰੂਰ ਇਹਨਾਂ ਦਾ ਇਹਨਾਂ ਨੂੰ ਮਿਲ ਜਾਵੇ ਹੈ ਨਾ ਅਤੇ ਚਲੋ ਠੀਕ ਆ ਜੀ ਅਤੇ ਬਾਪੂ ਹੁਣਾਂ ਦੇ ਪਰਿਵਾਰ ਨੂੰ ਮਿਲਣ ਦੀ ਆਸ ਵਿੱਚ ਖੁਦਾ ਹਾਫਿਜ਼ ਰੱਬ ਰਾਖਾ।